ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਖ਼ਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ ਨੇ। ਮੈਮ, ਸਵਾਗਤ ਹੈ ਜੀ ਤੁਹਾਡਾ। ਬਹੁਤ ਧੰਨਵਾਦ ਸੁਖਵਿੰਦਰ ਜੀ, ਤੇ ਤੁਹਾਡੇ ਨਾਲ ਜਿੰਨੇ ਵੀ ਸੂਝਵਾਨ ਸਿਆਣੇ ਜੁੜੇ ਨੇ ਸਾਰਿਆਂ ਨੂੰ ਬਹੁਤ ਨਿੱਘੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਵੱਡੀ ਗੱਲ, ਅਸੀਂ ਅੱਜ ਸਿਆਸੀ ਹਾਲਾਤ ਉੱਤੇ ਚਰਚਾ ਕਰਾਂਗੇ। ਤੀਜਾ ਗੇੜ ਲੰਘ ਚੁੱਕਿਆ ਇਲੈਕਸ਼ਨ ਦਾ, ਉਹ ਨੈਸ਼ਨਲ ਲੈਵਲ ਦੀ ਗੱਲਬਾਤ ਹੈ। ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾ ਦੌਰ ਵੀ ਸ਼ੁਰੂ ਹੋ ਚੁੱਕਿਆ। ਡਾਕਟਰ ਹਰਸ਼ਿੰਦਰ ਕੌਰ ਆਪਣੀ ਮਤਲਬ ਕਿ ਹਸਪਤਾਲ ਦੇ ਵਿੱਚ ਜੋ ਸੇਵਾਵਾਂ ਨਿਭਾਉਂਦੇ ਨੇ, ਰਜਿੰਦਰਾ ਹਸਪਤਾਲ ਪਟਿਆਲਾ ਵਿੱਚ, ਉੱਥੇ ਤਰ੍ਹਾਂ ਤਰ੍ਹਾਂ ਦੇ ਮਰੀਜ਼ ਆਉਂਦੇ ਨੇ। ਉੱਦਾਂ ਵੀ ਪਰਿਵਾਰਕ ਜੀਵਨ ਦੇ ਵਿੱਚ ਜਾਂ ਜਦੋਂ ਵੀ ਇਸ ਤਰੀਕੇ ਨਾਲ ਇੰਟਰਵਿਊਜ਼ ਦੇ ਵਿੱਚ ਜਾਂ ਲੋਕਾਂ ਦੀਆਂ ਕਾਲਸ ਆਉਂਦੀਆਂ ਤਾਂ ਲੋਕਾਂ ਦੇ ਨਾਲ ਜੁੜ ਕੇ ਰਾਬਤਾ ਕਰਕੇ ਪਤਾ ਲੱਗਦਾ ਕਿ ਹਾਲਾਤ ਕੀ ਨੇ। ਲੋਕ ਆ ਕੇ ਹਰ ਤਬਕੇ ਦਾ, ਮਤਲਬ ਕਿ ਗਰੀਬ ਤਬਕੇ ਦਾ ਵੀ ਲਾ ਲਓ, ਪਿੰਡਾਂ ਦੇ ਤਬਕੇ ਤੋਂ ਵੀ ਲਾ ਲਓ, ਸ਼ਹਿਰਾਂ ਚੋਂ ਵੀ ਲਾ ਲਓ, ਕਿ ਉਹ ਆ ਕੇ ਦੱਸਦੇ ਨੇ ਕਿ ਜ਼ਮੀਨੀ ਰਿਪੋਰਟ ਜਿਹੜੀ ਹੈ ਉਹ ਕੀ ਹੈ। ਥੋੜਾ ਉਹਨੂੰ ਵੀ ਸਮਝਣਾ ਚਾਹਾਂਗੇ। ਮੈਡੀਕਲ ਲਾਈਨ ਦੇ ਵਿੱਚ ਜਾਂ ਸਿਹਤ ਸਿੱਖਿਆ ਦੇ ਪੱਖੋਂ ਜਾਂ ਬੇਰੁਜ਼ਗਾਰੀ ਦੇ ਪੱਖੋਂ ਜਾਂ ਜਦੋਂ ਮੁੱਦਿਆਂ ਦੀ ਗੱਲ ਆਉਂਦੀ ਹੈ ਤਾਂ ਕਿਹੜੀ ਪਾਰਟੀ ਕਿੱਥੇ ਸਟੈਂਡ ਕਰ ਰਹੀ ਹੈ? ਆਮ ਆਦਮੀ ਪਾਰਟੀ ਜੋ ਸੱਤਾ ਦੇ ਵਿੱਚ ਹੈ, ਉਹਨਾਂ ਦੇ ਹਾਲਾਤ ਕੀ ਨੇ? ਕਿਉਂਕਿ 92 MLA ਦਿੱਤੇ ਸੀ, ਇੱਕ ਤਾਕਤ ਦਿੱਤੀ ਸੀ, ਹੁਣ ਉਹ ਕਹਿੰਦੇ ਕਿ 13-0 ਜਿਹੜਾ ਪੰਜਾਬ ਦੇ ਵਿੱਚ ਹੁੰ ਜਾ ਫਿਰ ਜਿੱਤ ਦਵਾ ਦਿਓ ਤੇ ਅਸੀਂ ਉੱਥੇ ਜਾ ਕੇ ਪੰਜਾਬ ਦੇ ਮੁੱਦੇ ਚੁੱਕਾਂਗੇ। ਡਾਕਟਰ ਸਾਹਿਬ, ਮੈਂ ਜਿਵੇਂ ਕਿਹਾ ਕਿ ਤੁਹਾਡੇ ਕੋਲ ਮਰੀਜ਼ ਵੀ ਆਉਂਦੇ ਨੇ, ਆਮ ਲੋਕ ਵੀ, ਖਾਸ ਲੋਕ ਵੀ, ਹਰ ਕੋਈ ਤੁਹਾਨੂੰ ਮਿਲਦਾ ਗਿਲਦਾ, ਘੱਟੋ ਘੱਟ ਇਹ ਗੱਲ ਤਾਂ ਹੁੰਦੀ ਹੋਣੀ ਕਿ ਪੰਜਾਬ ਦਾ ਕੀ ਬਣੇਗਾ, ਪੰਜਾਬ ਦੇ ਸਿਆਸੀ ਹਾਲਾਤ ਕਿਵੇਂ ਦੇ ਨੇ? ਤੁਹਾਨੂੰ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਕਿਵੇਂ ਦਾ ਲੱਗਦਾ ਹੈ ਕਿ ਕੀ ਸਿਚੁਏਸ਼ਨ ਹੁਣ ਪੰਜਾਬ ਦੀ ਜੋ ਮੌਜੂਦਾ ਹਾਲਾਤ ਨੈਸ਼ਨਲ ਪੋਲਿਟਿਕਸ ਦੇ ਨਾਲ ਨਾਲ ਚੱਲ ਰਹੇ ਨੇ? ਮੈਂ ਪਹਿਲਾਂ ਹੀ ਸਾਰਿਆਂ ਤੋਂ ਖਿਮਾ ਮੰਗ ਲਵਾਂ ਕਿ ਮੈਂ ਸਿਆਸੀ ਮਾਹਰ ਕਿਸੇ ਵੀ ਪਾਸਿਓਂ ਨਹੀਂ, ਸੋ ਮੈਂ ਜੋ ਵੀ ਗੱਲ ਕਰਾਂਗੀ ਉਹ ਇਨ ਬਿਨ ਹੂ ਜੋ ਮੈਂ ਸੁਣੀ ਉਹੀ ਤੁਹਾਡੇ ਨਾਲ ਸਾਂਝੀ ਕਰ ਸਕਦੀ ਹਾਂ। ਮੈਂ ਆਪਣੀ ਕੋਈ ਰਾਏ ਦੇ ਨਹੀਂ ਸਕਦੀ ਕਿ ਅੱਗੋਂ ਕੀ ਹੋਣਾ ਜਾਂ ਕੀ ਨਹੀਂ ਹੋਣਾ, ਪਰ ਮਨੋਵਿਗਿਆਨਕ ਪੱਖੋਂ ਇਹ ਦੱਸਦਿਆਂ ਕਿ ਜੋ ਵੀ ਲੋਕ ਕਹਿੰਦੇ ਨੇ ਕਈ ਵਾਰ ਅਖੀਰਲੇ ਮੌਕੇ ਤੇ ਉਹ ਆਪ ਹੀ ਤਬਦੀਲ ਹੋ ਜਾਂਦੇ ਨੇ, ਸੋ ਬਹੁਤ ਕੁਛ ਇਹੋ ਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ। ਸੋ ਜਿਸ ਤਰੀਕੇ ਤੁਸੀਂ ਜ਼ਿਕਰ ਕੀਤਾ, ਪੱਖੋਂ ਵੱਖਰੇ ਸੂਬਿਆਂ ਤੋਂ ਵੀ ਇੱਥੇ ਮਰੀਜ਼ ਪਹੁੰਚਦੇ ਨੇ ਤੇ ਪੰਜਾਬ ਅੰਦਰੋਂ ਵੀ ਵੱਖੋ ਵੱਖਰੇ ਹਿੱਸਿਆਂ ਤੋਂ ਨਾ ਸਿਰਫ ਮਰੀਜ਼ ਪਹੁੰਚਦੇ ਨੇ ਬਲਕਿ ਫੋਨ ਤੇ ਕਈ ਵਾਰ ਹੋਰਨਾਂ ਥਾਵਾਂ ਤੋਂ ਸਲਾਹਾਂ ਵੀ ਜੋ ਲੈਂਦੇ ਨੇ, ਉਹ ਗੱਲਾਂ ਬਾਤਾਂ ਵਿੱਚ ਬੜੀ ਕਮਾਲ ਦੀ ਕਈ ਵਾਰ ਗੱਲ ਜੋ ਕਰ ਜਾਂਦੇ ਨੇ ਉਹੀ ਸਾਂਝੀ ਕਰਦੀ ਹਾਂ। ਮਿਸਾਲ ਵਜੋਂ ਸਵੇਰੇ ਗਲੀ ਦੇ ਵਿੱਚ ਆਉਂਦਾ ਸਬਜ਼ੀ ਜਿਹੜਾ ਦੇਣ ਆਉਂਦੇ ਤੋਂ ਲੈ ਕੇ ਜੋ ਅਸੀਂ ਹੋਸਪਿਟਲਸ ਵਿੱਚ ਦਾਖਲ ਉਹਨਾਂ ਤੋਂ ਲੈ ਕੇ ਸਾਰੀਆਂ ਅਲੱਗ ਅਲੱਗ ਤਰ੍ਹਾਂ ਦੇ ਬਿਲਕੁਲ ਜੋ ਰੁਝਾਨ ਨੇ ਜਿਹਨਾਂ ਦਾ ਇੱਕ ਥੋੜਾ ਜਿਹਾ ਨਿਚੋੜ ਮੈਂ ਦੱਸਣ ਤੋਂ ਪਹਿਲਾਂ ਗੱਲ ਕਰਨਾ ਚਾਹਾਂਗੀ ਕਿ ਬਹੁਤ ਬਹੁਤ ਜ਼ਿਆਦਾ ਗਿਣਤੀ ਲੋਕ ਉਹ ਨੇ ਜਿਹਨਾਂ ਨੂੰ ਅਸੀਂ ਡਿਸਸੈਟਿਸਫਾਈਡ, ਯਾਨੀ ਉਹ ਇਹ ਮੰਨ ਰਹੇ ਨੇ ਕਿ ਸਾਡੀਆਂ ਜੋ ਰੀਝਾਂ ਸਨ ਜਾਂ ਜੋ ਸਾਡੀਆਂ ਆਸਾਂ ਸਨ ਉਹਨਾਂ ਤੇ ਬੂਰ ਨਹੀਂ ਪਿਆ। ਮੈਂ ਉਹਦਾ ਨਿਚੋੜ ਕੱਢ ਕੇ ਦੱਸ ਰਹੀ ਹਾਂ ਕਿਉਂਕਿ ਲਫ਼ਜ਼ ਕਈ ਵਾਰ ਉਹ ਆਪਣੇ ਜਿਵੇਂ ਡਾਕਟਰੀ ਨੁਕਤੇ ਤੋਂ ਅਸੀਂ ਕਹਿੰਦੇ ਹਾਂ ਨਾ ਕਿਸੇ ਦੀ ਬਿਮਾਰੀ ਨਹੀਂ ਦੱਸਣੀ ਚਾਹੀਦੀ, ਮੈਂ ਉਸੇ ਤਰ੍ਹਾਂ ਇਹ ਨਹੀਂ ਕਹਾਂਗੀ ਕਿ ਕਿਹੜੇ ਹਿੱਸੇ ਚੋਂ ਕੋਈ ਆਇਆ ਤੇ ਉਹਨੇ ਕਿਸ ਤਰੀਕੇ ਦੀ ਗੱਲ ਕੀਤੀ, ਪਰ ਵੱਡੀ ਗਿਣਤੀ ਇਸ ਪੱਖੋਂ ਅੱਕੇ ਪਏ ਨੇ। ਇਹ ਸਾਲ ਤੱਕ ਕਈ ਤਾਂ ਕਹਿ ਜਾਂਦੇ ਨੇ ਕਿ ਸਾਡੇ ਪਿੰਡ ਵਿੱਚੋਂ 6 ਜਾਂ 7 ਲੋਕਾਂ ਨੇ ਵੋਟ ਪਾਣੀ ਜੇ, ਕਿਉਂਕਿ ਅਸੀਂ ਤਾਂ ਹੁਣ ਇਹ ਜੋ ਪੰਛੀ ਵਾਂਗ ਜਿਵੇਂ ਬਦਲਦੇ ਨੇ ਟਾਹਣੀਆਂ, ਇਹ ਤਾਂ ਉਹ ਤਮਾਸ਼ਾ ਸਾਡੇ ਅੱਗੇ ਕਰ ਰਹੇ ਨੇ ਤੇ ਸਾਡਾ ਕਿਸੇ ਨੂੰ ਵੀ ਚੁਣਨ ਦਾ ਦਿਲ ਨਹੀਂ। ਸੋ ਕੁਝ ਜੋ ਅਪਰ ਮਿਡਲ ਕਲਾਸ ਚੋਂ ਲੋਕ ਸਨ ਜਿਹਨਾਂ ਨੇ ਕਿਹਾ ਜੀ ਸਾਨੂੰ ਤਾਂ ਨੋਟਾ ਹੀ ਠੀਕ ਹੈ, ਅਸੀਂ ਤਾਂ ਇਹਨਾਂ ਚੋਂ ਕਿਸੇ ਨੂੰ ਵੀ ਪ੍ਰਵਾਨ ਨਹੀਂ ਕਰਦੇ। ਇਹਨਾਂ ਵਿੱਚ
ਜਿਵੇਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਕਿ ਇੱਕ ਰੇਹੜੀ ਲਾਉਣ ਵਾਲਾ ਵੀ ਬੰਦਾ ਜੇ ਇਹ ਕਹਿ ਦਿੰਦਾ ਕਿ ਭਾਈ ਇਹ ਤਾਂ ਕਿਸੇ ਵੀ ਰਸਤੇ ਸਿਰਫ ਕੁਰਸੀ ਹਥਿਆਉਣਾ ਚਾਹੁੰਦੇ ਨੇ, ਇਹਨਾਂ ਦੀ ਗੱਲ ਕਰਨੀ ਫਜ਼ੂਲ, ਇੱਦਾਂ ਦੀ ਜੋ ਸੋਚ ਉਪਜ ਰਹੀ ਹੈ। ਹੁਣ ਦੇਖੋ, ਜੇ ਇੱਕ ਜੁੱਤੀ ਗੰਢਣ ਵਾਲਾ ਵੀ ਸਾਡੇ ਕੋਲ ਜੇ ਕੋਈ ਦਾਖਲ ਹੋਇਆ, ਜੇ ਉਹ ਆ ਕੇ ਕਹਿੰਦਾ ਕਿ ਹੁਣ ਇਹ ਉਹਨਾਂ ਦੀ ਮੈਂ ਤੁਹਾਨੂੰ ਦੱਸ ਰਹੀ ਹਾਂ ਜਿਹੜੇ ਓਨੇ ਹਾਈਲੀ ਐਜੂਕੇਟਡ ਨਹੀਂ, ਉਹਨਾਂ ਦੀ ਵੀ ਸੂਝ ਬੂਝ ਸ਼ਾਇਦ ਸਾਡੇ ਤੋਂ ਵੀ ਕਿਤੇ ਉਤਾਂਹ ਲੰਘ ਜਾਂਦੀ ਹੈ ਕਿ ਭਾਈ ਸਾਨੂੰ ਤਾਂ ਸਮਝ ਆ ਗਈ ਕਿ ਉਹ ਜਾਤ ਪਾਤ ਧਰਮ ਦੀ ਵਰਤੋਂ ਕਰਕੇ ਸਾਨੂੰ ਸਿਰਫ ਉਲਝਾਉਂਦੇ ਨੇ, ਭਟਕਾਉਂਦੇ ਨੇ, ਫਿਰ ਅਸੀਂ ਵੀ ਉਹੀ ਜੋ ਨੁਕਤੇ ਉਹ ਸਾਡੇ ਤੇ ਅਜ਼ਮਾਉਂਦੇ ਨੇ ਅਸੀਂ ਵੀ ਉਹਨਾਂ ਤੇ ਹੀ ਅਜ਼ਮਾ ਲੈਂਦੇ ਹਾਂ ਵੀ ਠੀਕ ਹੈ ਭਾਈ ਜੇ ਤੁਸੀਂ ਸਾਨੂੰ ਨਿਚੋੜਨਾ ਹੀ ਹੈ, ਬਾਅਦ ਵਿੱਚ ਆਪਣੀਆਂ ਜਾਇਦਾਦਾਂ ਬਣਾਉਣੀਆਂ ਤਾਂ ਫਿਰ ਆ ਜਾਓ ਜੀ, ਅਖੀਰੀ ਦਿਨ ਅਸੀਂ ਜਿੰਨੇ ਕੁ ਤੁਹਾਡੇ ਤੋਂ ਬਟੋਰ ਸਕਦੇ ਹਾਂ ਪੈਸੇ ਦੇ ਦਿਓ, ਵੋਟ ਆਪਣੀ ਮਰਜ਼ੀ ਨਾਲ ਪਾ ਦਿਆਂਗੇ। ਇਹ ਇਹ ਜੇ ਜੋ ਅੱਗੋਂ ਗੱਲਾਂ ਨਿਕਲ ਕੇ ਆਉਂਦੀਆਂ ਨੇ, ਹੁਣ ਇਹਨਾਂ ਵਿੱਚ ਜਿਸ ਢੰਗ ਨਾਲ ਕੁੱਝ ਉਹ ਲੋਕ ਜਿਹੜੇ ਮੈਂ ਹੁਣ ਇੱਕ ਧਰਮ ਦੇ ਨਾਲ ਜੁੜੇ ਜਿਹੜੇ ਕੁਛ ਪਰਪੱਕ ਨੇ, ਉਹਨਾਂ ਵਿੱਚੋਂ ਵੀ ਕੁੱਝ ਨੇ ਜਿਵੇਂ ਇਸ ਤਰੀਕੇ ਕਿਹਾ ਕਿ ਇਸ ਵੇਲੇ ਦੇ ਜੋ ਖੜੇ ਨੇ ਸਾਨੂੰ ਇਹਨਾਂ ਪਾਰਟੀਆਂ ਵਿੱਚੋਂ ਆਈਡੀਓਲੋਜੀ ਵਰਗੀ ਚੀਜ਼ ਕੋਈ ਲੱਭਦੀ ਨਹੀਂ ਪਈ। ਹੁਣ ਬਹੁਤ ਗਿਣਤੀ ਤਾਂ ਪੁਰਾਣੇ ਜ਼ਖਮ ਕੁਰੇਦਦੇ ਨੇ ਜਿਹਦੇ ਨਾਲ ਸਾਨੂੰ ਵਕਤੀ ਅਸੀਂ ਉਸ ਵਹਿਣ ਚ ਬਹਿ ਜਾਂਦੇ ਹਾਂ, ਪਰ ਇਸ ਤਰੀਕੇ ਦੇ ਵਿੱਚ ਬਹੁਤ ਸਾਰੀਆਂ ਪੁਰਾਣੀਆਂ ਗੱਲਾਂ ਉਹ ਸਾਹਮਣੇ ਲਿਆ ਰਹੇ ਨੇ ਵੱਖੋ ਵੱਖਰੀਆਂ ਪਾਰਟੀਆਂ ਦੀਆਂ। ਉਹਨਾਂ ਪਾਰਟੀਆਂ ਵਿੱਚੋਂ ਵੀ ਇੰਡੀਵਿਜੁਅਲਸ ਦੇ ਨਾਂ ਲਏ ਜਾਂਦੇ ਨੇ, ਫਲਾਣਾ ਤਾਂ ਰੇਪਿਸਟ ਹੈ, ਫਲਾਣੇ ਨੇ ਤਾਂ ਸਾਨੂੰ ਉਸ ਥਾਂ ਤੇ ਖੜੇ ਧਮਕਾਇਆ। ਉਹ ਗੱਲਾਂ ਲੋਕਾਂ ਦੇ ਮਨਾਂ ਚ ਪੱਕੀਆਂ ਹੋਈਆਂ ਪਈਆਂ ਵੀ ਇਸ ਪਿੰਡ ਵਿੱਚ ਜਦੋਂ ਅਸੀਂ ਸਵਾਲ ਪੁੱਛੇ ਇੰਜ ਸਾਨੂੰ ਖਾਣ ਨੂੰ ਪਏ, ਇੰਜ ਧਮਕਾਇਆ, ਅਸੀਂ ਤਾਂ ਇਹਨਾਂ ਵੱਲ ਮੂੰਹ ਵੀ ਨਹੀਂ ਕਰਨਾ। ਯਾਨੀ ਇੰਜ ਦੀਆਂ ਗੱਲਾਂ ਜਿਹਨਾਂ ਵਿੱਚ ਹੁਣ ਫਰਕ ਕੀ ਪੈਂਦਾ ਜੀ, ਥੋੜਾ ਜਿਹਾ ਜੇ ਆਪਾਂ ਪੰਜਾਬ ਦੀ ਜਾਂ ਪੰਜਾਬੀਆਂ ਦੀ ਮਨੋਦਸ਼ਾ ਸਮਝਣ ਦੀ ਕੋਸ਼ਿਸ਼ ਕਰੀਏ। ਮੈਂ ਇੱਕ ਵੱਡੀ ਗੱਲ ਕਰਨ ਲੱਗੀ ਹਾਂ, ਪੰਜਾਬ ਵਿੱਚ ਬਹੁਤ ਜ਼ਿਆਦਾ ਮਿਹਨਤ ਕਸ਼ ਲੋਕ ਨੇ, ਸੱਚੇ ਸੁੱਚੇ ਨੇ, ਇਹ ਜਿਹੜੇ ਆਪਣੀ ਇਕਨੋਮਿਕਸ ਵੱਲ ਘੱਟ ਵੇਖਦੇ ਨੇ ਕਿ ਅਸੀਂ ਗਰੀਬ ਵੀ ਹਾਂ ਤਾਂ ਕੋਈ ਗੱਲ, ਯਾਨੀ ਯੁਗਾਂਡਾ ਵਿੱਚ ਸੁੱਟ ਦਿਓ ਨਾ ਵੀ ਆ ਉੱਥੇ ਪੂਰਾ ਉਜਾੜ, ਤੇ ਸਾਡੇ ਬੰਦੇ ਜੇ ਪੰਜਾਬੀ ਇੱਕ ਵੀ ਹੋਵੇਗਾ ਨਾ ਉਹ ਆਪਣੀ ਮਿਹਨਤ ਨਾਲ ਉੱਥੇ ਝੰਡੇ ਗੱਡ ਦੇਗਾ। ਤੇ ਫਿਰ ਜੇ ਅੱਗੇ ਤਰਾਈ ਦੀ ਗੱਲ ਕਰ ਲਈਏ ਕਿ ਸੱਪ ਤੋਂ ਲੈ ਕੇ ਗੈਂਡੇ ਤੱਕ ਜੋ ਮਰਜ਼ੀ ਉੱਥੇ ਹੋਵੇ, ਲਹਿਰਾਂ ਬਹਿਰਾਂ ਕਰ ਦਿੱਤੀਆਂ ਜੇ ਪੰਜਾਬੀ ਸਨ। ਐਮਪੀ ਦੇ ਵਿੱਚ ਦੇਖੋ ਭੁੱਖੇ ਭਾਣੇ ਲੋਕ ਸਨ, ਕਿਵੇਂ ਕਣਕ ਦੀ ਬਹਾਰ ਇਸ ਵੇਲੇ ਦੇਖ ਸਕਦੇ ਹਾਂ। ਬਿਲਕੁਲ ਅਫਰੀਕਾ ਵਿੱਚ ਜੇ ਆਪਾਂ ਤੁਰ ਜਾਈਏ, ਮੈਂ ਤਾਂ ਕਹਿੰਦੀ ਹਾਂ ਕਿ ਤੁਸੀਂ ਬਾਗੋ ਬਾਗ ਹੋ ਜਾਂਦਾ ਬੰਦਾ ਵੇਖ ਕੇ ਉੱਥੇ ਜੋ ਪੰਜਾਬੀਆਂ ਦੀ ਮਿਹਨਤ ਨੇ, ਉੱਥੇ ਜਿਸ ਤਰੀਕੇ ਉੱਥੇ ਬਦਲਾਵ ਲਿਆਇਆ, ਇਹ ਸਾਰਾ ਕੁਛ ਪੰਜਾਬੀਆਂ ਦੀ ਜੈਨੇਟਿਕ ਤਬਦੀਲੀ ਜੇ ਕਿ ਉਹ ਜੂਝਦੇ ਰਹੇ ਨੇ, ਭਾਵੇਂ ਉਹ ਅਬਦਾਲੀ ਦਾ ਸਮਾਂ ਸੀ ਜਾਂ ਬ੍ਰਿਟਿਸ਼ ਰਾਜ ਸੀ ਜਾਂ ਤੁਸੀਂ, ਯਾਨੀ ਕੋਈ ਵੀ ਸਮਾਂ ਹੋਵੇ, ਇਹਨਾਂ ਨੇ ਜਾਨਾਂ ਵਾਰੀਆਂ ਨੇ, ਦਿਨ ਰਾਤ ਇੱਕ ਕਰਕੇ ਆਪਣੀ ਚੰਮ ਤੇ ਹੰਡਾਇਆ, ਪਰ ਫਿਰ ਵੀ ਈਨ ਨਹੀਂ ਮੰਨੀ ਨਾ ਉਹ ਹਾਰ ਮੰਨੀ। ਪਰ ਹੁਣ ਤੁਸੀਂ ਵੇਖੋ ਨਾ ਅਸੀਂ ਕਿਸ ਹਾਲ ਤੇ ਲਿਆ ਕੇ ਪੰਜਾਬ ਨੂੰ ਧਰ ਛੱਡਿਆ ਕਿ ਅਸੀਂ ਆਪਣੇ 23 ਜੇ ਸਟੇਟਾਂ ਦੀ ਇਹ ਗੱਲ ਕਰਦੇ ਨੇ ਜੋ ਅਖਬਾਰਾਂ ਵਿੱਚ ਖਬਰ ਛਪੀ ਕਿ ਅਸੀਂ 19ਵੇਂ ਨੰਬਰ ਤੇ ਪੰਜਾਬ ਪਹੁੰਚ ਗਿਆ ਜੋ ਕਦੇ ਪਹਿਲੇ ਨੰਬਰ ਤੇ, ਕਿ ਜਾਣ ਬੁੱਝ ਕੇ ਪੰਜਾਬ ਨੂੰ ਜਿਸ ਢੰਗ ਨਾਲ ਨਿਚੋੜਿਆ ਜਾ ਰਿਹਾ ਹੈ ਉਹ ਸਾਡੇ ਸਾਹਮਣੇ ਜੇ, ਤੇ ਨਿਚੋੜਨ ਵਾਲੇ ਕੌਣ ਨੇ? ਸਿਰਫ ਤੇ ਸਿਰਫ ਸਿਆਸਤਦਾਨ। ਹੁਣ ਇਹਦੇ ਅੱਗੇ ਤੁਸੀਂ ਹਾਲ ਵੇਖੋ,
ਕਿ ਇੱਕ ਨੰਬਰ ਜੀਡੀਪੀ ਤੋਂ ਖਿਸਕ ਕੇ ਅਸੀਂ ਕੀ ਹਾਲ ਹੈ ਕਿ ਇੱਕ ਇੱਕ ਇਕੱਲੇ ਜਿਹੜਾ ਜੰਮਿਆ ਵੀ ਨਹੀਂ ਉਹ ਬੱਚੇ ਤੇ ਵੀ ਅਸੀਂ ਪਹਿਲਾਂ ਹੀ ਕਹਿ ਦਿੰਦੇ ਹਾਂ ਕਿ ਤੇਰੇ ਤੇ ਇੰਨਾ ਕਰਜ਼ ਚੜ ਚੁੱਕਾ। ਹੁਣ ਜਿਹਨੂੰ ਅਸੀਂ ਬਿਮਾਰੂ ਸਟੇਟਸ ਦਾ ਨਾਂ ਦਿੱਤਾ ਸੀ, ਅਸੀਂ ਬਤੌਰ ਜਦੋਂ ਡਾਕਟਰ ਸਾਨੂੰ ਪੜ੍ਹਾਇਆ ਜਾਂਦਾ ਸੀ ਕਿ ਭਾਈ ਇਹ ਨੇ ਜਿਹਨਾਂ ਦੇ ਕੋਲ ਕੱਖ ਵੀ ਨਹੀਂ ਤੇ ਇਹਦੇ ਤੋਂ ਉੱਪਰ ਅਸੀਂ ਕਿੱਥੇ ਖੜੇ ਹੁੰਦੇ ਸੀ, ਤੇ ਅੱਜ ਉਹ ਬਿਹਾਰ ਰਾਜਸਥਾਨ, ਮੈਨੂੰ ਤਾਂ ਇਹ ਡਰ ਲੱਗਦਾ ਜੇ ਸੱਚ ਕਹਿ ਰਹੀ ਹਾਂ ਕਿ ਜਿਸ ਹਾਲ ਤੇ ਅਸੀਂ ਥੱਲੇ ਨੂੰ ਤੁਰੇ ਜਾਂਦੇ ਹਾਂ ਤੇ ਹੌਲੀ ਹੌਲੀ ਬਿਹਾਰ ਤੋਂ ਜਿਹੜੇ ਇੱਧਰ ਨੂੰ ਤੁਰੇ ਆਉਂਦੇ ਨੇ ਨਾ, ਅਸੀਂ ਉਹਨਾਂ ਦੀ ਲੈਵਲ ਤੇ ਪਹੁੰਚ ਜਾਣਾ, ਉਹਨਾਂ ਨੇ ਵੀ ਕਹਿਣਾ ਛੱਡ ਪਰਾਂ ਪੰਜਾਬ 'ਚ ਕੀ ਕਰਨ ਜਾਣਾ, ਸੋ ਉਸ ਹਾਲ ਤੇ ਸਾਨੂੰ ਲਿਆ ਧਰਿਆ। ਜਿਸ ਢੰਗ ਨਾਲ 800% ਤੋਂ ਉੱਪਰ ਇਹਨਾਂ ਦੀਆਂ ਜਾਇਦਾਦਾਂ ਵੱਧਦੀਆਂ ਨੇ ਸਿਆਸਤਦਾਨਾਂ ਦੀਆਂ, ਤਾਂ ਫਿਰ ਇਹੋ ਜਿਹੀਆਂ ਗੱਲਾਂ ਆਮ ਲੋਕਾਂ ਦੇ ਜੋ ਘਰਾਂ 'ਚ ਕਰ ਚੁੱਕੀਆਂ, ਉਹਨਾਂ ਦੇ ਮਨਾਂ 'ਚ ਘਰ ਕਰ ਚੁੱਕੀਆਂ, ਜੋ ਇਹ ਦੱਸਦੇ ਨੇ ਵਾਰ ਵਾਰ ਕਿ ਸਾਡੇ ਨਾਲ ਏਦਾਂ ਹੋਇਆ, ਇਹਨੇ ਆਹ ਸਾਨੂੰ ਵਾਅਦੇ ਕੀਤੇ, ਇਹਨੇ ਆਹ ਕੀਤੇ, ਅਸੀਂ ਬਹੁਤ ਵਾਰ ਹੁਣ ਇਹਨਾਂ ਦੇ ਇਸ ਤਰੀਕੇ ਦੇ ਗੱਲਾਂ 'ਚ ਉਲਝ ਚੁੱਕੇ ਹਾਂ, ਪਰ ਹੁਣ ਨਹੀਂ। ਇਹਦੇ ਨਾਲੋਂ ਨਾਲ ਜਿਹੜੇ ਦੂਸਰੇ ਪੱਖ ਇੱਕ ਹੋਰ ਜੋ ਯਾਨੀ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਥਰਾਈ ਵੀ ਉਹਨਾਂ ਤੇ ਕਰਦੇ ਨੇ, ਯਾਨੀ ਉਹ ਆਪਣਾ ਹੋਂਦ ਹੀ ਆਪਣੀ ਉਹਨਾਂ ਦੀ ਇਹ ਹੈ ਕਿ ਮੈਂ ਫਲਾਣੇ ਸਿਆਸਤਦਾਨ ਦੇ ਨਾਲ ਜੁੜਿਆ, ਸੋ ਆਪਣੀਆਂ ਤਸਵੀਰਾਂ ਸਾਂਝੀਆਂ ਕਰਨੀਆਂ, ਉਹ ਵੱਖਰਾ ਜੇ ਜਿਹੜਾ ਆਪਣੇ ਆਪ ਨੂੰ ਉੱਚਾ ਮੰਨਦਾ ਜਾਂ ਆਪਣੀ ਹੋਂਦ ਨੂੰ ਪਛਾਣਦਾ, ਉਹ ਨੇ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਸਿਆਸਤਦਾਨਾਂ ਦੇ, ਜਿਹੜੇ ਇੱਕ ਤਰੀਕੇ ਉਹਨਾਂ ਨੂੰ ਇੰਨਾ ਕੁ ਉੱਚਾ ਚੁੱਕਦੇ, ਇੰਨਾ ਕੁ ਸ਼ਬਦ ਮਾੜਾ ਜੇ ਚਮਚਾਗਿਰੀ ਕਰਦਿਆਂ ਉਹ ਭੁੱਲ ਹੀ ਜਾਂਦੇ ਨੇ ਕਿ ਭਾਈ ਜਦੋਂ ਇਹ ਉਸ ਅਹੁਦੇ ਤੇ ਪਹੁੰਚ ਗਏ ਤਾਂ ਸਾਨੂੰ ਵੀ ਉੱਦਾਂ ਹੀ ਛਿਟਕ ਦੇਣਾ, ਵਰਤੇ ਜਾਵਾਂਗੇ ਅਸੀਂ, ਪਰ ਇਹ ਸੋਚ ਤੋਂ ਪਰਾਂ ਹੋ ਕੇ ਉਹ ਵੀ ਗਰੁੱਪ ਆਉਂਦਾ ਜੇ ਜਿਹੜਾ ਸਿਰਫ ਹੀ ਵਧਾਈ ਕਰਦਾ ਤੁਰਦਾ, ਅਸੀਂ ਕੁਛ ਕਿਸੇ ਤੋਂ ਨਹੀਂ ਲੈਣਾ, ਅਸੀਂ ਤਾਂ ਸਿਰਫ ਉਹਨਾਂ ਨਾਲ ਜੁੜੇ ਹਾਂ, ਅਸੀਂ ਤਾਂ ਉਹਨਾਂ ਨੂੰ ਬਸ ਅੱਗਾਂ ਤੋਰਨਾ ਹੀ ਤੋਰਨਾ, ਕੋਟੀਆਂ ਥੋੜੀਆਂ ਬਹੁਤ ਸਾਨੂੰ ਮਿਲਦੀਆਂ ਰਹਿੰਦੀਆਂ, ਅਸੀਂ ਤਾਂ ਤੁਰਦੇ ਹੀ ਰਹਿਣਾ, ਇਹਨਾਂ ਦੇ ਸਿਰ ਤੇ ਹੀ ਸਾਡੀ ਹੋਂਦ ਹੈ, ਸੋ ਉਹ ਵੱਖਰੀ ਇੱਕ ਜਿਹੜੇ ਅਸੀਂ ਕਹਿ ਸਕਦੇ ਹਾਂ। ਪਰ ਇਹਨਾਂ ਵਿੱਚ ਹੁਣ ਦੇਖੋ ਨਾ, ਆਪਾਂ ਹੀ ਜੇ ਸੋਚੀਏ ਕਦੇ, ਇਹਨਾਂ 'ਚੋਂ ਕਦੇ ਕਿਸੇ ਨੇ ਮੁੱਦਿਆਂ ਦੀ ਗੱਲ ਕੀਤੀ? ਅਸੀਂ ਸਿਰਫ ਉਹ ਮਿਹਨਤ ਕਸ਼ ਪੰਜਾਬੀਆਂ ਨੂੰ ਮੁਫਤਖੋਰੀ ਦੇ ਪਾਸੇ ਤੋਰ ਦਿੱਤਾ, ਜਿਹਨਾਂ 'ਚ ਔਰਤਾਂ ਹੁਣ ਸਗੋਂ ਥੋੜਾ ਬਾਹਰ ਨਿਕਲੀਆਂ ਸਨ, ਕੁਛ ਸਮਝਣ ਲੱਗੀਆਂ ਸਨ, ਅਗਾਂਹ ਆਉਣ ਲੱਗੀਆਂ ਸਨ, ਉਹਨਾਂ ਅੱਗੇ ਵੀ ਟੁੱਕਰ ਸੁੱਟਣੇ ਸ਼ੁਰੂ ਕਰਤੇ, ਤੈਨੂੰ ਅਸੀਂ 1000 ਦੇਵਾਂਗੇ, ਤੈਨੂੰ 2000 ਦੇਵਾਂਗੇ, ਕੋਈ 5000 ਦੇਵਾਂਗੇ, ਸਾੜੀ ਦੇ ਦਾਂਗੇ। ਇਹ ਚੀਜ਼ਾਂ ਅਸੀਂ ਸਾਰਾ ਕੁਛ ਹੋਰ ਪੰਜਾਬ ਨੂੰ ਪਿਛਾਂਹ ਤੱਕ ਰਹੇ ਹਾਂ, ਪੰਜਾਬੀਆਂ ਨੂੰ ਬਿਲਕੁਲ ਹੀ ਅਸੀਂ ਨਕਾਰਾ ਬਣਾਉਣ ਵੱਲ ਤੋਰ ਦਿੱਤਾ। ਹੁਣ ਇਹ ਬਾਕੀ ਮੁੱਦੇ ਚੰਡੀਗੜ੍ਹ ਜਾਂ ਭਾਸ਼ਾ, ਮੇਰਾ ਖਿਆਲ ਹਰ ਥਾਂ ਇਹ ਗੱਲ ਸਾਰੇ ਹੀ ਕਰ ਰਹੇ ਨੇ ਅੱਜ ਕੱਲ੍ਹ ਜਿੱਥੇ ਵੀ ਹੋ ਰਹੀ ਹੈ, ਪਰ ਮੈਨੂੰ ਦੱਸੋ ਕਿ ਪੰਜਾਬ ਦੇ ਅੰਦਰ ਕੋਈ ਆਈਟੀ ਇੰਡਸਟਰੀ ਸਾਡੇ ਇੱਥੋਂ ਦੇ ਬਣ ਕੇ, ਯਾਨੀ ਪੰਜਾਬ ਦਾ ਖਰਚਾ ਹੁੰਦਾ ਜੇ ਪੰਜਾਬੀਆਂ ਦਾ, ਇੱਥੋਂ ਪੜ੍ਹ ਲਿਖ ਕੇ ਜਾ ਕੇ ਹੋਰਨਾਂ ਸੂਬਿਆਂ ਵਿੱਚੋਂ ਲੱਗ ਰਹੇ ਨੇ, ਪਰ ਕਦੇ ਕਿਸੇ ਨੇ ਗੱਲ ਨਹੀਂ ਕੀਤੀ ਕਿ ਆਈਟੀ ਇੰਡਸਟਰੀ ਜ਼ਰੂਰ ਇੱਥੇ ਲੱਗਣੀ ਚਾਹੀਦੀ, ਸਾਡੇ ਬੱਚੇ ਇੱਥੇ ਹੀ ਐਡਜਸਟ ਹੋ ਸਕਣ, ਇੱਥੇ ਹੀ ਕੋਈ ਅਗਾਂਹ ਵਧੂ ਗੱਲ ਕਰ ਸਕਣ, ਸਾਡੇ IAS ਅਕੈਡਮੀਜ਼ ਹੋਣ, ਜਿਵੇਂ ਤੁਸੀਂ ਵੇਖੋ ਕਿਵੇਂ ਉਹ UP ਦੇ ਵਿੱਚ ਲਗਾਤਾਰ, ਬਲਕਿ ਕਿੰਨੇ ਹੀ ਨੇ ਜਿਹੜੇ ਆਪ ਫ੍ਰੀ ਐਜੂਕੇਸ਼ਨ ਦੇਣ ਲਈ ਉੱਥੇ ਬੈਠੇ ਨੇ, ਜਿਹਦਾ ਨਤੀਜਾ ਅਸੀਂ ਦੇਖ ਰਹੇ ਹਾਂ ਪੂਰੇ ਪੰਜਾਬ 'ਚ, ਕੀ ਸਾਰੇ ਹਿੰਦੁਸਤਾਨ 'ਚ ਹੀ ਭਰ ਚੁੱਕੇ ਨੇ ਉਹ। ਸਾਡੇ ਕੋਈ ਇਸ ਤਰ੍ਹਾਂ ਦਾ ਉਹਨਾਂ ਨੂੰ ਇਸ ਪਾਸੇ ਵੱਲ ਨੂੰ ਹੱਲਾਸ਼ੇਰੀ ਦੇਣ ਵਾਲਾ ਕੰਮ ਨਹੀਂ ਹੈ। ਫਿਰ ਗੱਲ ਕਰੀਏ ਕਿ ਸਾਡਾ ਟੂਰਿਜ਼ਮ ਰਿਲੀਜੀਅਸ, ਕਦੇ ਕਿਸੇ ਨੇ ਸੋਚਿਆ ਇਸ ਪਾਸੇ? ਭਰਿਆ ਪਿਆ ਇੰਚ ਇੰਚ ਪੰਜਾਬ ਦਾ, ਜਿੱਥੇ ਸਾਡਾ ਇਤਿਹਾਸ, ਜਿੱਥੇ ਲੋਕ
ਤਰਸਣ ਕੇ ਅਸੀਂ ਆਣਾ, ਕਿਸੇ ਮਰਜ਼ੀ ਦੁਨੀਆਂ ਦੇ ਕੋਨੇ ਛੋਣ ਕੇ ਅਸੀਂ ਆਉਣਾ ਚਾਹੁੰਦੇ ਹਾਂ, ਕਿਸੇ ਤਰੀਕੇ ਦਾ ਕੋਈ ਉਸ ਢੰਗ ਦਾ ਟੂਰਿਜ਼ਮ ਡਿਵੈਲਪ ਹੋਇਆ ਹੋਵੇ? ਨਹੀਂ, ਅਸੀਂ ਉਸ ਪਾਸੇ ਕਦੇ ਧਿਆਨ ਨਹੀਂ ਕਰਦੇ। ਬਿਲਕੁਲ ਮੈਂ ਮੰਨਦੀ ਹਾਂ ਕਿ ਇੱਕ ਵੇਲੇ ਅਸੀਂ ਕੁਛ ਯਾਦਗਾਰਾਂ ਬਣਾਈਆਂ, ਪਰ ਕੀ ਉੱਥੇ ਜਾ ਕੇ ਤੁਸੀਂ ਮੈਂ ਆਪਾਂ ਕਹੀਏ ਜਾਂ ਕੋਈ ਸਾਡੇ ਅੱਗੋਂ ਕੋਈ USA ਤੋਂ ਆ ਰਿਹਾ, ਕੋਈ ਆਸਟ੍ਰੇਲੀਆ ਤੋਂ ਆ ਰਿਹਾ, ਕੋਈ ਉਹ ਆਪਣੇ ਅੱਗੋਂ ਉੱਥੇ ਵੱਸਦੇ ਆਪਣੇ ਦੋਸਤਾਂ ਮਿੱਤਰਾਂ ਨੂੰ ਲਿਆ ਰਹੇ ਨੇ, ਆਓ ਜੀ ਇੱਥੇ ਰਹਿਣ ਸਹਿਣ ਇਸ ਢੰਗ ਦਾ ਅਸੀਂ ਪ੍ਰੋਪਰ ਮਿਲ ਸਕਦਾ, ਜਾਂ ਉੱਥੇ ਆਵਾਜਾਈ ਉਸ ਢੰਗ ਦੀ ਵਧੀਆ ਹੋਏਗੀ ਜਿੱਥੇ ਯਾਦਗਾਰਾਂ ਨੇ ਉਹਦੇ ਆਲੇ ਦੁਆਲੇ ਕੋਈ ਉਸ ਤਰੀਕੇ ਦਾ ਡਿਵੈਲਪਮੈਂਟ ਹੋਈ, ਉਹਨਾਂ ਇਲਾਕਿਆਂ ਦੀ ਡਿਵੈਲਪਮੈਂਟ ਹੋਈ। ਤੁਸੀਂ ਕਦੇ ਗੋਆ ਚ ਜਾ ਕੇ ਦੇਖੋ, ਜਿੱਥੇ ਇੱਕ 5-star ਹੋਟਲ ਬਣ ਜਾਵੇ ਨਾ, ਉਹਦੇ ਆਲੇ ਦੁਆਲੇ ਦੇ 5 ਪਿੰਡ ਪੂਰੇ ਦੇ ਪੂਰੇ ਪ੍ਰਫੁੱਲਿਤ ਹੁੰਦੇ ਨੇ, ਕਿਉਂਕਿ ਉੱਥੇ ਦਾ ਸਾਰਾ ਕੁਛ ਇਕੋ ਸਿਸਟਮ ਉਹਦੇ ਅਕੋਰਡਿੰਗ ਹੈ। ਉਹਨਾਂ ਨੂੰ ਉੱਥੇ ਹੀ ਉਹਨਾਂ ਦੇ ਜੋ ਵਾਟਰ ਸਪੋਰਟਸ ਉੱਥੇ ਹੀ ਹੋਣਗੀਆਂ, ਇੱਕ ਬੰਦਾ ਜਿਹੜਾ ਉੱਥੇ ਦੀ ਦਾਰੂ ਬਣਾਉਣ ਵਾਲਾ ਵੱਖਰਾ ਬੈਠਾ, ਇੱਕ ਬੰਦਾ ਜਿਹੜੀਆਂ ਕਮੀਜ਼ਾਂ ਉੱਥੇ ਦੀਆਂ ਵੱਖਰੀਆਂ ਦੇਗਾ, ਹੋਟਲ ਦੇ ਅੰਦਰਲੀ ਮੈਨੇਜਮੈਂਟ ਚ ਲੱਗਿਆ ਹੋਏਗਾ, ਕੋਈ ਸਫਾਈ ਤੇ, ਕੋਈ ਰੋਟੀ ਬਣਾਉਣ ਤੇ, ਤੋਂ ਲੈ ਕੇ ਇੱਕ ਇੱਕ ਘਰ ਨੂੰ ਨੌਕਰੀ ਮਿਲੀ ਹੈ। ਸਾਡੇ ਇੱਥੇ ਰਿਲੀਜੀਅਸ ਟੂਰਿਜ਼ਮ ਦੇ ਵਿੱਚ ਪੂਰੇ ਪੂਰੇ ਪਿੰਡ ਡਿਵੈਲਪ ਹੋ ਸਕਦੇ ਨੇ, ਜਿੱਥੇ 5-5 ਸਭਿਅਤਾਵਾਂ ਦਾ ਵੀ ਅੰਸ਼ ਪਏ ਨੇ। ਇੰਨਾ ਕਮਾਲ ਦਾ ਸਿਸਟਮ, ਪਰ ਅਸੀਂ ਕੁਛ ਵੀ ਡਿਵੈਲਪ ਨਹੀਂ ਕੀਤਾ। ਇਕੋ ਟੂਰਿਜ਼ਮ ਲਈ ਸਾਡਾ ਦੇਖੋ ਨਾ, ਸਾਡੇ ਤਾਂ ਗੁਰੂਆਂ ਨੇ ਜਿਸ ਢੰਗ ਨਾਲ ਸ਼ੁਰੂ ਕੀਤਾ ਸੀ, ਅਸੀਂ ਉਹ ਵੀ ਕੁਛ ਵੀ ਮੇਨਟੇਨ ਨਹੀਂ ਕਰ ਸਕੇ। ਹੱਸੋਹੀਣੀ ਗੱਲ ਹੈ ਕਿ ਹੈਲਥ ਟੂਰਿਜ਼ਮ ਅਸੀਂ ਸ਼ੁਰੂ ਕੀਤਾ, ਬਿਲਕੁਲ ਮੈਂ ਉਸ ਪਾਸੇ ਵੀ ਮੰਨਦੀ ਹਾਂ। ਹੈਲਥ ਟੂਰਿਜ਼ਮ ਵਿੱਚ ਕੌਣ ਪ੍ਰਮੋਟ ਕਰ ਰਿਹਾ ਹੈ? ਮੇਰੇ ਤੋਂ ਵੱਧ ਤੁਸੀਂ ਹੋ, ਮੀਡੀਆ ਦੇ ਵਿੱਚ ਵਿਚਰਦੇ, ਖਬਰਾਂ ਪੜ੍ਹ ਸਕਦੇ ਹੋ, ਦੇਖ ਸਕਦੇ ਹੋ ਕਿ ਕੌਣ ਨੇ ਇਹਨਾਂ ਦੇ ਮਾਲਕ ਜਿਹੜੇ ਅਲਟੀਮੇਟਲੀ ਪ੍ਰਮੋਟ ਕਰਦੇ ਨੇ ਕਿ ਕਾਰਪੋਰੇਟ ਹਸਪੀਟਲ ਦੇ ਵਿੱਚ ਲੋਕ ਆਉਣ ਤੇ 5-star ਹੋਟਲਾਂ ਵਰਗੀਆਂ ਤੁਹਾਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਉਹਨਾਂ ਦੇ ਮਾਲਕ ਜ਼ਰਾ ਕੁ ਧਿਆਨ ਮਾਰ ਲਿਓ ਕਿ ਕੌਣ ਨੇ, ਪੋਲੀਟੀਕਲ ਬੌਸਿਸ ਕਿਵੇਂ ਉੱਥੇ ਵੀ ਪੂਰਾ ਯਾਨੀ ਉੱਥੇ ਜਕੜ ਕੇ ਰੱਖਿਆ, ਤੇ ਉਹਦੇ ਵਿੱਚੋਂ ਵੀ ਫਿਰ ਮੈਨੂੰ ਦੱਸ ਦੇਣਾ ਕਿੰਨੇ ਕੁ ਨੇ ਜਿਹੜੇ ਆਪ ਆਪਣੇ ਬੱਚਿਆਂ ਦਾ ਆਪਣੇ ਰਿਸ਼ਤੇਦਾਰਾਂ ਦਾ ਕਹਿੰਦੇ ਨੇ ਇੱਥੇ ਇਲਾਜ ਕਰਵਾਉਣਾ, ਸਾਰੇ ਦੇ ਸਾਰੇ ਉਡਾਰੀ ਮਾਰ ਕੇ ਬਾਹਰ ਚਲੇ ਜਾਂਦੇ ਨੇ, ਤੇ ਦਾਅਵੇ ਅਸੀਂ ਕਰਦੇ ਹਾਂ ਲਓ ਜੀ ਹੈਲਥ ਦੇ ਵਿੱਚ ਮਾਰ ਕੇ ਮਾਰ ਦਿੱਤੇ। ਇੱਕ ਵੀ ਮੈਨੂੰ ਇੱਕ ਵੀ ਦੱਸ ਦਿਓ ਉਂਗਲ ਧਰ ਕੇ ਕਿ ਆਹ ਬੰਦਾ ਜੀ ਜੋ ਪੋਲੀਟੀਕਲ ਲੀਡਰ ਸੀ ਉਹਦਾ ਰਿਸ਼ਤੇਦਾਰ ਦੂਰ ਦਰੇਡੇ ਦਾ ਵੀ ਕੋਈ ਕਦੇ ਹਸਪਤਾਲ ਸਾਡੇ ਸਰਕਾਰੀ ਚ ਦਾਖਲ ਹੋਇਆ ਹੋਵੇ? ਮੈਂ ਤੇ ਕਦੇ ਨਹੀਂ ਦੇਖਿਆ। ਤੋ ਇਹ ਤਰੀਕੇ ਨੇ ਲੋਕਾਂ ਨੂੰ ਭਰਮਾਉਣ ਦੇ, ਜਿਹਦੇ ਵਿੱਚ ਅਸੀਂ ਸਕੂਲ ਦੀ, ਸਰਕਾਰੀ ਸਕੂਲ ਦੀ, ਭਰਾ ਤੁਸੀਂ ਆਪਣਾ ਤੁਸੀਂ ਉਹੀ ਦੱਸ ਦਿਓ ਕਿ ਸਰਕਾਰੀ ਸਕੂਲ ਵਿੱਚ ਕੀ ਤੁਹਾਡੇ ਬੱਚੇ ਪੜ੍ਹ ਰਹੇ ਨੇ? ਮੇਰੇ ਨਹੀਂ ਪੜ੍ਹੇ, ਮੈਂ ਆਪ ਮੰਨਦੀ, ਕਿਉਂਕਿ ਮੈਨੂੰ ਉੱਥੇ ਜਾ ਕੇ ਉਹ ਚੀਜ਼ ਲੱਭੀ ਨਹੀਂ ਜੋ ਚਾਹੁੰਦੀ ਸਾਂ ਵੀ ਮੇਰੇ ਬੱਚੇ ਜੇ ਵਿਸ਼ਵ ਪੱਧਰ ਤੇ ਕਿਸੇ ਨਾਲ ਕੰਪੀਟ ਕਰਨ ਤਾਂ ਇੱਥੇ ਘੱਟੋ ਘੱਟ ਉਸ ਪੱਧਰ ਦਾ ਗਿਆਨ ਇਹਨੂੰ ਇੱਥੇ ਹਾਸਲ ਹੋ ਜਾਏ। ਲੱਭਦਾ ਸੀ ਕਿਤੇ ਬੈਂਚ ਨਹੀਂ ਨੇ, ਕਿਤੇ ਟੀਚਰ ਨਹੀਂ ਨੇ। ਸੋ ਇਸ ਮਾਹੌਲ ਵਿੱਚ ਕੌਣ ਪਾਉਂਦਾ ਪਿਆ ਕਿ ਕਿਸੇ ਪੋਲੀਟੀਸ਼ੀਅਨ ਦਾ ਬੱਚਾ ਇਹਨਾਂ ਸਕੂਲਾਂ, ਸਰਕਾਰੀ ਸਕੂਲਾਂ ਚ ਪੜ੍ਹਿਆ? ਤਾਂ ਫਿਰ ਆਪਾਂ ਕਿਹੜੀ ਗੱਲ ਕੀ ਕਰ ਰਹੇ ਹਾਂ? ਕਿਸ ਚੀਜ਼ ਦੀ ਡਿਵੈਲਪਮੈਂਟ ਕੀਤੀ? ਸੜਕਾਂ ਟੁੱਟੀਆਂ ਨੇ, ਬਿਜਲੀ ਸਾਰੇ ਹੈ ਨਹੀਂ, ਪਰ ਅਸੀਂ ਦੇ ਮੁਫ਼ਤ ਰਹੇ ਹਾਂ। ਫਿਰ ਉਸ ਤੋਂ ਉੱਪਰ ਤੁਸੀਂ ਚੁਫੇਰਾ ਦੇਖ ਲਓ ਕਿ ਹਵਾ ਜ਼ਹਿਰੀਲੀ ਹੋਣੀ ਬੰਦ ਹੋ ਗਈ ਹੈ, ਕਿ ਸਾਡੀ ਜ਼ਮੀਨ ਵਿੱਚ ਅੱਜ ਵੀ ਓਨਾ ਹੀ ਜ਼ਹਿਰ ਨਹੀਂ ਭਰਿਆ ਜਾ ਰਿਹਾ? ਤਾਂ ਫਿਰ ਇਹ ਬਹੁਤ ਵੱਡੀ ਗੱਲ ਜੇ ਜੋ ਮੈਂ ਕਹਿਣ ਲੱਗੀ ਹਾਂ ਕਿ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਸੀ, ਅੱਜ ਮਿਸਲਾਂ ਬਣ ਚੁੱਕੀਆਂ। ਇਹ ਜੋ ਸਿਆਸਤਦਾਨ ਨੇ ਇਹਨਾਂ ਨੇ ਪੰਜਾਬ ਨੂੰ ਮਿਸਲਾਂ ਚ ਵੰਡ ਦਿੱਤਾ। ਇਹ ਮੇਰਾ ਇਲਾਕਾ ਹੈ, ਇੱਥੇ ਥਾਣਾ ਮੇਰੇ ਅਧੀਨ ਚੱਲਦਾ ਜੇ, ਇੱਥੇ ਮੈਂ ਚਲਾਵਾਂਗਾ, ਯਾਨੀ ਮੈਂ ਤੇ ਮੇਰਾ ਉਹ ਹੁਕਮ ਜੇ ਜਿਹਦੇ ਅਧੀਨ ਤੁਸੀਂ ਤੇ ਮੈਂ ਸਾਰੇ ਨਪੀੜੇ ਜਾਂਦੇ ਹਾਂ, ਕਿ ਜੇ ਇਹਦਾ ਹੁਕਮ ਨਾ ਮੰਨਿਆ ਤਾਂ ਫਿਰ ਅਸੀਂ ਕਿਤੇ ਨਾ ਕਿਤੇ ਝੂਠੇ ਕੇਸਾਂ ਵਿੱਚ,
ਜਾਂ ਕਿਤੇ ਮਾਰ ਮੁਕਾ ਦਿੱਤੇ ਜਾਵਾਂਗੇ, ਕਿਸੇ ਨਾ ਕਿਸੇ ਥਾਂ ਤੇ ਫਸਾ ਦਿੱਤੇ ਜਾਵਾਂਗੇ ਜਾਂ ਸਾਨੂੰ ਬਲੌਕ ਕਰ ਦਿੱਤਾ ਜਾਵੇਗਾ, ਇਸ ਤੋਂ ਅਗਾਂਹ ਦੀ ਗੱਲ ਕੀਤੀ ਨਹੀਂ ਜਾਂਦੀ। ਸੋ ਇਹ ਸਾਰੇ ਨੂੰ ਜਾਣਦੇ ਬੁੱਝਦੇ ਫਿਰ ਗੱਲ ਤੇ ਉੱਥੇ ਹੀ ਆ ਗਈ ਨਾ, ਪੰਜਾਬ ਭਾਲਦਾ ਜੇ ਅੱਜ ਵੀ ਇੱਕ ਤਗੜਾ ਲੀਡਰ, ਹਮੇਸ਼ਾ ਹੀ ਅਸੀਂ ਸਰਦਾਰ ਵਜੋਂ ਮਾਰ ਖਾਧੀ। ਇਹੋ ਜੇ ਅੱਜ ਦਾ ਵੀ ਮਾਹੌਲ ਜਿੱਥੇ ਵੱਖੋ ਵੱਖਰੀਆਂ ਪਾਰਟੀਆਂ ਸਿਰਫ ਆਪਣੀ ਜਿੱਤ ਦਾ ਦਾਅਵਾ ਕਰਦੀਆਂ, ਭਰਮਾਉਂਦੀਆਂ ਨੇ ਸਾਰਿਆਂ ਨੂੰ, ਤੇ ਫਿਰ ਅਖੀਰ ਸਾਰਿਆਂ ਦੇ ਮੁੱਦੇ ਜੋ ਅਸਲ ਚ ਪਏ ਨੇ ਉਹ ਤਾਂ ਉੱਥੇ ਹੀ ਪਏ ਨੇ ਕਿ ਸਾਨੂੰ ਬੱਚਿਆਂ ਨੂੰ ਬਾਹਰ ਕਿਉਂ ਭੇਜਣਾ ਪੈ ਰਿਹਾ, ਕਿ ਸਾਨੂੰ ਨੌਕਰੀ ਮਿਲੀ, ਸਾਨੂੰ ਕੱਖ ਵੀ ਮਿਲਿਆ ਨਹੀਂ। ਸੁਖਵਿੰਦਰ, ਇਹੋ ਜੇ ਆਮ ਜੋ ਜਣੇ ਫਿਰਦੇ ਨੇ ਜਿਨ੍ਹਾਂ ਦੀ ਆਵਾਜ਼ ਉੱਪਰ ਤੱਕ ਪਹੁੰਚਦੀ ਨਹੀਂ, ਮੈਂ ਉਹਦਾ ਨਿਚੋੜ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੈਂ ਕੱਢ ਕੇ ਦੱਸਣ ਲੱਗੀ ਹਾਂ, ਜਿਨ੍ਹਾਂ ਚ ਟੀਚਰ ਵੀ ਨੇ ਬਹੁਤ ਸਾਰੇ ਜਿਹੜੇ ਆਪਣੀਆਂ ਤਕਲੀਫਾਂ ਦੱਸਦੇ ਨੇ, ਜਿਨ੍ਹਾਂ ਵਿੱਚ ਸਾਡੀਆਂ ਨਰਸਾਂ ਨੇ ਜਿਹੜੀਆਂ ਬਹੁਤ ਤਕਲੀਫਾਂ ਲੈ ਕੇ ਬੈਠੀਆਂ ਨੇ, ਜਿਨ੍ਹਾਂ ਵਿੱਚ ਸਾਡੇ ਸਬਜ਼ੀ ਵਾਲਾ ਭਾਵੇਂ ਹੋਵੇ ਤੇ ਸਾਡਾ ਕੋਈ ਭਾਵੇਂ ਜੁੱਤੀ ਗੰਢਣ ਵਾਲਾ, ਤੋਂ ਲੈ ਕੇ ਆਮ ਮਾਵਾਂ ਜਾਂ ਜਿਹੜੀਆਂ ਘਰ ਦੀਆਂ ਗ੍ਰਹਿਣੀਆਂ ਜਿਹੜੀਆਂ ਨੌਕਰੀਆਂ ਤੇ ਨਹੀਂ ਲੱਗੀਆਂ ਸਿਰਫ ਘਰਾਂ ਵਿੱਚ ਬੈਠੀਆਂ ਨੇ, ਉਹ ਵੀ ਜੋ ਵੀ ਬੋਲਦੀਆਂ ਨੇ, ਮੈਂ ਉਹਦਾ ਨਿਚੋੜ ਹੀ ਕੱਢ ਕੇ ਦੱਸਿਆ ਤੁਹਾਨੂੰ ਕਿ ਜੇ ਸ਼ਾਇਦ ਤੁਹਾਡੇ ਰਾਹੀਂ, ਕਿਉਂਕਿ ਤੁਹਾਨੂੰ ਬਹੁਤ ਬਹੁਤ ਲੋਕ ਸੁਣਦੇ ਨੇ, ਕਿਤੇ ਹੀ ਕੋਈ ਇਸ ਤਰ੍ਹਾਂ ਦੀ ਆਵਾਜ਼ ਉੱਠੇ ਕਿ ਅਸੀਂ ਤਬਦੀਲੀ ਸੱਚਮੁੱਚ ਚਾਹੁੰਦੇ ਕੀ ਹਾਂ, ਤੇ ਉਹਦੇ ਵਿੱਚ ਸੁਖਵਿੰਦਰ ਜੀ ਮੈਂ ਹੀ ਲਗਾਤਾਰ ਉਦੋਂ ਦੀ ਬੋਲ ਰਹੀ ਹਾਂ, ਪਰ ਮੈਂ ਚਾਹੁੰਦੀ ਹਾਂ ਕਿ ਤੁਹਾਡੇ ਰਾਹੀਂ ਕੋਈ ਇਸ ਤਰ੍ਹਾਂ ਦਾ ਸਵਾਲ ਪੁੱਛ ਲਵੇ ਕਿ ਭਾਈ ਅਸਲ ਵਿੱਚ ਸਾਨੂੰ ਪੰਜਾਬ ਨੂੰ ਅੱਜ ਚਾਹੀਦਾ ਕੀ ਹੈ। ਅੱਛਾ ਡਾਕਟਰ ਸਾਹਿਬ, ਮੈਂ ਜਿਹੜਾ ਮੁੱਢਲਾ ਸਵਾਲ ਕੀਤਾ ਸੀਗਾ ਕਿ ਤੁਹਾਡੇ ਕੋਲੇ ਮਰੀਜ਼ ਬਣ ਕੇ ਜਾਂ ਉਦਾਂ ਵੀ ਆਮ ਮੇਲ ਜੋਲ ਦੇ ਵਿੱਚ ਤੁਹਾਡੇ ਕੋਲੇ ਕਿਸਾਨ ਜਾਂ ਮਜ਼ਦੂਰ ਜਾਂ ਪ੍ਰਵਾਸੀ ਪੱਖ ਤੋਂ ਲੋਕ ਵੀ ਹੋਸਪਿਟਲ ਦੇ ਵਿੱਚ ਆ ਕੇ ਮਿਲਦੇ ਨੇ, ਜਦੋਂ ਤੁਸੀਂ ਉਹਨਾਂ ਦਾ ਇਲਾਜ ਕਰਦੇ ਹੋ, ਜਦੋਂ ਗੱਲਬਾਤ ਉਹਨਾਂ ਦੇ ਨਾਲ ਕਰਦੇ ਹੋ, ਤਾਂ ਉਹਨਾਂ ਦੀ ਪੀੜ ਜਿਹੜੀ ਹੈ ਉਹ ਪੰਜਾਬ ਦੇ ਮੁੱਦਿਆਂ ਪ੍ਰਤੀ ਜਾਂ ਉਹਨਾਂ ਦੇ ਆਪਣੇ ਜਿਹੜੇ ਮੁੱਦੇ ਨੇ ਜਾਂ ਪਰਿਵਾਰਕ ਕੁਝ ਇਹੋ ਜਿਹੀਆਂ ਦੁਸ਼ਵਾਰੀਆਂ ਹੁੰਦੀਆਂ, ਮਜਬੂਰੀਆਂ ਹੁੰਦੀਆਂ, ਜਿੱਥੇ ਆਰਥਿਕ ਪੱਖੋਂ ਤੰਗੀ ਹੁੰਦੀ ਹੈ, ਜਿੱਥੇ ਜਾਤ ਧਰਮ ਦਾ ਬੋਲਬਾਲਾ ਪਿੰਡਾਂ ਦੇ ਵਿੱਚ ਉਹ ਕੁਝ ਦੇਖਣ ਨੂੰ ਮਿਲਦਾ, ਉਹਨਾਂ ਦੇ ਮਨਾਂ ਦੀ ਚੀਜ਼ ਤੁਹਾਨੂੰ ਮਤਲਬ ਕਿ ਕਿਵੇਂ ਪ੍ਰਭਾਵਿਤ ਕਰਦੀ ਹੈ, ਜਾਂ ਉਹ ਕੀ ਚਾਹੁੰਦੇ ਨੇ ਪੰਜਾਬ ਦੇ ਵਿੱਚ, ਕਿਸ ਕਿਸਮ ਦਾ ਬਦਲਾਅ ਚਾਹੁੰਦੇ ਨੇ, ਜਾਂ ਜੋ ਚੱਲ ਰਿਹਾ ਜੋ ਸੱਤਾਧਾਰੀ ਕਰ ਰਹੇ ਨੇ, ਜੋ ਆਮ ਆਦਮੀ ਪਾਰਟੀ ਨੇ ਹੁਣ ਤੱਕ ਕੀਤਾ ਤੇ ਜੋ ਪਿਛਲਿਆਂ ਨੇ ਉਹਨਾਂ ਨਾਲ ਕੀਤਾ, ਸਿਹਤ ਸਿੱਖਿਆ ਨੂੰ ਲੈ ਕੇ ਜਾਂ ਰੁਜ਼ਗਾਰ ਨੂੰ ਲੈ ਕੇ, ਉਹਨਾਂ ਦੇ ਮਨ ਹੁਣ ਕੀ ਕਹਿੰਦੇ ਨੇ, ਕੀ ਟੋਕ ਟੋਕ ਕੇ ਵੇਖਿਆ ਕਦੇ ਉਹ ਕੀ ਕਹਿੰਦੇ ਨੇ? ਦੇਖੋ, ਬਹੁਤ ਗਿਣਤੀ ਜਿਹੜੇ ਆ ਰਹੇ ਨੇ ਉਹ ਇਸ ਵੇਲੇ ਮੈਨੂੰ ਨੀ ਪਤਾ ਕੱਲ ਨੂੰ ਬਦਲ ਜਾਣ, ਉਹਨਾਂ ਦਾ ਪ੍ਰਭਾਵ ਜੋ ਉਹਨਾਂ ਦੀ ਗੱਲਾਂ ਬਾਤਾਂ ਤੋਂ ਪੈਂਦਾ ਜੇ ਉਹ ਇਹ ਕਿ ਸਾਡੀਆਂ ਉਮੀਦਾਂ ਤੇ ਅੱਜ ਦੀ ਜੋ ਰਾਜ ਕਰਦੀ ਪਾਰਟੀ ਖਰੀ ਨਹੀਂ ਉਤਰੀ, ਪੰਜਾਬੀਆਂ ਨੇ ਬਾਏ ਚੋਇਸ ਨਹੀਂ ਸੀ ਲਿਆ ਇਹਨਾਂ ਨੂੰ। ਮੈਂ ਹੁਣ ਉਹਨਾਂ ਦੀ ਵਰਸ਼ਨ ਹੀ ਇਨਵਰਟਿਡ ਕੌਮਾਸ ਕਹਿ ਕੇ ਦੱਸ ਰਹੀ ਹਾਂ, ਉਹ ਕਹਿੰਦੇ ਅਸੀਂ ਇਹ ਬਾਏ ਚੋਇਸ ਨਹੀਂ ਸੀ ਲਈ, ਐਕਚੁਲੀ ਇਹ ਰਿਜੈਕਸ਼ਨ ਸੀ ਕਿ ਅਸੀਂ ਬਾਕੀਆਂ ਨੂੰ ਨਾ ਚੁਣਨ ਦਾ ਫੈਸਲਾ ਲਿਆ ਸੀ, ਇਸ ਕਾਰਨ ਅਸੀਂ ਸੋਚਿਆ ਕੋਈ ਵੀ ਹੋਵੇ ਉਹਨੂੰ ਚੁਣ ਲਵਾਂਗੇ, ਕਿਉਂਕਿ ਸਾਨੂੰ ਸਾਡੀਆਂ ਆਸਾਂ ਨੂੰ ਪੂਰਨ ਨਹੀਂ ਸੀ ਪਿਆ। ਸੋ ਉਹ ਜੇ ਇੱਕ ਵੱਡੀ ਪੱਧਰ ਤੇ ਜੋ ਸੋਚ ਸਾਹਮਣੇ ਆਉਂਦੀ ਪਈ, ਜੇ ਹੁਣ ਇਸ ਵੇਲੇ ਅਸਲ ਵਿੱਚ ਪਾਰਟੀ ਘੱਟ ਤੇ ਲੋਕ ਇਹੋ ਜਿਹੀ ਗੱਲ ਵੀ ਉੱਠਦੀ ਪਈ ਜੇ ਜਿੱਥੇ ਕੁਛ ਪਿੰਡਾਂ ਦੇ ਪੰਚ ਸਰਪੰਚ ਤੱਕ ਵੀ ਆ ਕੇ ਕਹਿ ਗਏ ਕਿ ਸਾਨੂੰ ਲੱਗਦਾ ਜੇ ਕਿ ਅਸੀਂ ਬੰਦਾ ਵੇਖ ਲਈਏ ਕਿਹੜਾ ਚੰਗਾ, ਪਾਰਟੀ ਤਾਂ ਚੁਣਨ ਵਾਲੀ ਗੱਲ ਇਸ ਵੇਲੇ ਰਹੀ ਨਹੀਂ, ਕਿਉਂਕਿ ਕੋਈ ਵੀ ਪਾਰਟੀ ਪੂਰਨ ਰੂਪ ਵਿੱਚ ਸਾਡੀ ਸੋਚ ਤੇ ਖਰੀ ਨਹੀਂ ਉਤਰੀ। ਇੱਕ ਆਵਾਜ਼ ਜ਼ਰੂਰ ਉੱਠੀ ਹੈ ਦਿੱਲੀ ਦੇ ਇੰਟਰਫੇਰੈਂਸ ਦੀ ਕਿ ਸਾਡੇ
ਉੱਤੇ ਅਸੀਂ ਬਰਦਾਸ਼ਤ ਨਹੀਂ ਕਰਦੇ ਕਿ ਦਿੱਲੀ ਦਾ ਕੋਈ ਆ ਕੇ ਰਾਜ ਕਰੇ। ਇਹ ਆਵਾਜ਼ ਕਾਫੀ ਉੱਠੀ ਜੇ ਥੋੜੀ ਨਹੀਂ, ਤਾਂ ਉਹਦੇ ਵਿੱਚ ਲੋਕਾਂ ਨੇ ਇਹ ਆਵਾਜ਼ ਚੁੱਕੀ ਕਿ ਅਸੀਂ ਚਾਹੁੰਦੇ ਹਾਂ ਖੇਤਰੀ ਪਾਰਟੀ ਕੋਈ ਹੋਵੇ, ਪਰ ਉਹਦੇ ਨਾਲੋ ਨਾਲ ਜੋ ਸ਼ਬਦ ਵਰਤੇ ਜਾਂਦੇ ਨੇ ਮੈਂ ਉਹ ਵਰਤ ਹੀ ਨਹੀਂ ਸਕਦੀ, ਕਿਉਂਕਿ ਮੈਂ ਇੱਕ ਸਧਾਰਨ ਜਿਹੀ ਲਫ਼ਜ਼ ਵਰਤ ਕੇ ਦੱਸ ਦਿੰਦੀ ਹਾਂ। ਉਹਨਾਂ ਨੇ ਕਿਹਾ ਕਿ ਪਰ ਇੱਕ ਟੱਬਰ ਰਾਜ ਕਰਦਾ ਨਹੀਂ ਸਾਨੂੰ ਚਾਹੀਦਾ, ਪਰ ਉਹ ਚਾਹੀਦੇ ਨੇ ਜਿਹੜੇ ਪੰਜਾਬ ਦੀ ਬਿਹਤਰੀ ਦੀ ਗੱਲ ਕਰਦੇ ਹੋਣ ਤੇ ਸਾਡੀ ਪਰ ਆਪਣੀ ਖੇਤਰੀ ਹੋਵੇ ਪਾਰਟੀ। ਸੋ ਨਾਲ ਦੀ ਨਾਲ ਉਹ ਕਿਸੇ ਇੱਕ ਪਾਰਟੀ ਨੂੰ ਰਿਜੈਕਟ ਵੀ ਕਰਦੇ ਨੇ ਖੇਤਰੀ ਕਹਿ ਕੇ, ਤੇ ਨਾਲ ਦੀ ਨਾਲ ਉਹ ਮੰਗ ਵੀ ਕਰਦੇ ਨੇ ਕਿ ਹਾਂਜੀ ਸਾਨੂੰ ਚਾਹੀਦਾ ਕੋਈ ਇੱਥੋਂ ਦਾ ਲੀਡਰ ਹੈ, ਸਾਨੂੰ ਦਿੱਲੀ ਦਾ ਰਾਜ ਨਹੀਂ ਚਾਹੀਦਾ ਕਿ ਸਾਡੇ ਮੁੱਖ ਮੰਤਰੀ ਉੱਤੇ ਕੋਈ ਇੱਕ ਹੋਰ ਹੱਥ ਰੱਖ ਕੇ ਉਹਨਾਂ ਨੂੰ ਤੋਰਦਾ ਹੋਵੇ, ਉਹੀ ਜਿਹੀ ਚੀਜ਼ ਅਸੀਂ ਨਹੀਂ ਬਰਦਾਸ਼ਤ ਕਰਨਾ ਚਾਹੁੰਦੇ। ਤੇ ਦੂਜੇ ਪਾਸੇ ਬਹੁਤ ਵੱਡੇ ਠੋਕ ਕੇ ਹੱਕ ਵਿੱਚ ਬੋਲਣ ਵਾਲੇ ਵੀ ਆਉਂਦੇ ਨੇ ਵੱਖੋ ਵੱਖਰੀਆਂ ਪਾਰਟੀਆਂ ਦੇ। ਇਹ ਨਹੀਂ ਕਿ ਅੱਜ ਭਾਵੇਂ ਤੁਸੀਂ ਮੈਨੂੰ ਕਹੋਗੇ ਕਿ ਬੀਜੇਪੀ ਦੀ ਬਹੁਤ ਵਿਰੋਧ ਹੈ, ਤਾਂ ਮੈਂ ਦੇਖੇ ਨੇ ਕੁੱਝ ਪਿੰਡਾਂ ਦੇ ਹੀ ਲੋਕ ਜਿਹੜੇ ਦੱਬੀ ਘੁੱਟੀ ਆਵਾਜ਼ ਚ ਕਹਿਣ ਪਰ ਬੀਜੇਪੀ ਦੇ ਹੱਕ ਚ ਵੀ ਬੋਲਦੇ। ਬਿਲਕੁਲ ਇੰਝ ਹੀ ਜਿਵੇਂ ਕੋਈ ਆਮ ਆਦਮੀ ਪਾਰਟੀ ਦੇ ਬਹੁਤ ਵਿਰੋਧ ਵਿੱਚ ਵੀ ਮਾੜੀ ਸ਼ਬਦਾਵਲੀ ਤੱਕ ਵੀ ਬੋਲ ਜਾਂਦੇ ਨੇ, ਦਿਖਾ ਦਿਆਂਗੇ ਇਸ ਤਰ੍ਹਾਂ ਦੇ ਸ਼ਬਦ ਵੀ ਬੋਲ ਦਿਆਂਗੇ ਵੀ ਅਸੀਂ ਪਹਿਲਾਂ ਵੀ ਪਟਕਾਇਆ ਸੀ ਹੁਣ ਦਿਖਾਵਾਂਗੇ, ਤੋਂ ਲੈ ਕੇ ਇੱਕ ਹੋਰ ਗਰੁੱਪ ਜੇ ਜਿਹੜਾ ਬਈ ਭਾਵੇਂ ਕੁਛ ਵੀ ਹੋਵੇ ਅਸੀਂ ਪਹਿਲੀਆਂ ਨੂੰ ਅਜੇ ਵੀ ਉੱਤੇ ਆਉਣ ਨਹੀਂ ਦੇਵਾਂਗੇ, ਤੋਂ ਲੈ ਕੇ ਦੋਨੋਂ ਪਾਸੇ ਦੇ ਯਾਨੀ ਨਜ਼ਰ ਪੈ ਜਾਂਦੇ ਨੇ। ਇੰਜੀ ਕਾਂਗਰਸ ਦੇ ਹੱਕ ਵਿੱਚ ਵੀ ਵਿਰੋਧ ਵਿੱਚ ਵੀ, ਪਰ ਉਹਨਾਂ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਆਵਾਜ਼ ਹੋਰ ਵੀ ਉੱਠੀ ਜੇ ਕਿ ਜਿਹੜੇ ਵੀ ਟਪੂਸੀਆਂ ਮਾਰਦੇ ਜਾਂਦੇ ਨੇ ਨਾ ਸਾਰਿਆਂ ਨੂੰ ਤਾਂ ਬਿਲਕੁਲ ਹੀ ਨਕਾਰ ਦੇਣਾ ਚਾਹੀਦਾ, ਇਹਨਾਂ ਨੂੰ ਨਹੀਂ ਚੁਣਨਾ ਚਾਹੀਦਾ ਕਿਉਂਕਿ ਇਹ ਕਿਸੇ ਵੀ ਪਾਰਟੀ ਵਿੱਚ ਜਾਣਗੇ ਰਾਤ ਨੂੰ ਸੁੱਤੇ ਸਵੇਰੇ ਉੱਠ ਕੇ ਉਹਨਾਂ ਦੀ ਆਈਡੀਓਲੋਜੀ ਨਹੀਂ ਬਦਲਗੀ, ਉਹਨਾਂ ਦੀ ਸੋਚ ਉੱਥੇ ਹੀ ਟਿਕੀ ਹੈ ਕਿ ਚਾਹੀਦੀ ਸਾਨੂੰ ਕੁਰਸੀ ਹੈ, ਪੰਜਾਬ ਦੀ ਕੋਈ ਉਹਨਾਂ ਨੂੰ ਲੋੜ ਨਹੀਂ ਹੈ। ਸੋ ਇਸ ਪੱਖੋਂ ਲੱਗਦਾ ਕਿ ਕੁਛ ਬੜਾ ਅਜੀਬ ਜਿਹਾ ਗੜਬਾ ਬਣਿਆ ਪਿਆ, ਪਰ ਮੈਂ ਇੱਕ ਬਹੁਤ ਇੰਪੋਰਟੈਂਟ ਗੱਲ ਦੱਸਾਂ, ਸਕੂਲ ਦੇ ਬੱਚਿਆਂ ਨਾਲ ਗੱਲ ਕੀਤੀ ਕਿਉਂਕਿ ਆਉਂਦੇ ਹੀ ਸਾਡੇ ਕੋਲ ਜਦੋਂ ਬੱਚੇ ਸੀ ਮਾਪਿਆਂ ਨਾਲ ਤਾਂ ਕਰਨੀ ਸੀ, ਕੁੱਝ ਸਕੂਲ ਦੇ ਜਿਹੜੇ 10ਵੀਂ 12ਵੀਂ ਦੇ ਬੱਚੇ ਜਿਹੜੇ ਥੋੜੇ ਬਹੁਤ ਅਵੇਅਰ ਸਨ, ਬਹੁਤੇ ਤਾਂ ਜਿਹਨਾਂ ਨੂੰ ਕੁਛ ਪਤਾ ਹੀ ਨਹੀਂ ਵੀ ਨਹੀਂ ਸਾਨੂੰ ਅਸੀਂ ਨਹੀਂ ਇਹਦੇ ਬਾਰੇ ਕੁਛ ਵੀ ਨਹੀਂ ਜਾਣਦੇ, ਯਾਨੀ ਅਸੀਂ ਇੱਦਾਂ ਦੀ ਉਹਨਾਂ ਨੂੰ ਬਣਾਇਆ, ਪਰ ਕੋਈ ਜੋ ਇੰਟਰਸਟਿਡ ਸਨ 10 ਕੁ ਬੱਚਿਆਂ ਨਾਲ ਜਿਹਨਾਂ ਨਾਲ ਗੱਲ ਹੋਈ ਬੜੀ ਮਜ਼ੇਦਾਰ ਸੀ, ਉਹਨਾਂ 10ਾਂ ਨੇ ਜਿਹੜੇ ਅਲੱਗ ਅਲੱਗ ਗੱਲ ਹੁਣ ਉਹ ਕੀਤੀ ਉਹਨਾਂ ਵਿੱਚ ਸੀ ਕਿ ਕੀ ਕੋਈ ਇੱਕ ਵੀ ਨੁਕਤਾ ਬੱਚਿਆਂ ਦੇ ਵਾਸਤੇ ਇਹਨਾਂ ਨੇ ਸੋਚਿਆ ਕਿ ਸਾਡੀ ਜੋ ਬੰਡਿੰਗ ਅਸੀਂ ਸਾਡੇ ਲੋਕ ਹਾਂ, ਸਾਡੀ ਕੋਈ ਸਪੋਰਟਸ ਅਕੈਡਮੀ ਜਿੱਥੇ ਬਣੀਆਂ ਹੋਣ, ਸਾਡੀਆਂ ਕੋਈ ਯਾਨੀ ਕਿਸੇ ਤਰੀਕੇ ਦੀ ਕੋਈ ਫੋਟੋਗ੍ਰਾਫੀ ਦੀ ਕੋਈ ਇੱਥੇ ਪ੍ਰੋਪਰ ਇੱਥੇ ਸਿਸਟਮ ਬਣਿਆ ਹੋਏ, ਸਾਡੀਆਂ ਪਿੰਡਾਂ ਦੇ ਵਿੱਚ ਖੇਡਾਂ ਦਾ ਕੋਈ ਵੱਖਰਾ ਬੰਦੋਬਸਤ ਹੋਇਆ ਹੋਵੇ, ਜਾਂ ਸਾਡੇ ਯਾਨੀ ਉਹਨਾਂ ਦੀ ਸੋਚ ਸੀ ਕਿ ਸਾਨੂੰ ਉਸ ਪੱਧਰ ਦੀ ਜੋ ਅਸੀਂ ਚਾਹੁੰਦੇ ਹਾਂ ਨੌਲੇਜ ਉਹ ਨਹੀਂ ਮਿਲ ਰਹੀ, ਤੇ ਸਾਡੇ ਕੰਪੈਰੀਜ਼ਨ ਜਦੋਂ ਕਰਦੇ ਹਾਂ ਅਸੀਂ ਸਾਡੇ ਜੋ ਸ਼ਹਿਰੀ ਖੇਤਰਾਂ ਵਿੱਚ ਮਿਲ ਰਹੀ ਹੈ ਉਹ ਸਾਡੇ ਯਾਨੀ ਮਾਪੇ ਉਨੀ ਅਫੋਰਡ ਨਹੀਂ ਕਰ ਸਕਦੇ, ਅਸੀਂ ਲੈ ਨਹੀਂ ਸਕਦੇ। ਸੋ ਇਹ ਬੱਚਾ ਸੀ ਇੱਕ 12ਵੀਂ ਜਮਾਤ ਦਾ ਜਿਹੜਾ ਜਿਸਨੇ ਸਾਇੰਸ ਲਈ ਹੋਈ ਸੀ, ਉਹ ਵਿਚਾਰਾ ਇੱਥੋਂ ਤੱਕ ਕਹਿ ਗਿਆ ਕਿ ਜੇ ਮੈਂ ਕਦੇ ਪੰਜਾਬ ਦੇ ਵਿੱਚ ਵਾਪਸ ਇਸ ਪੱਧਰ ਤੇ ਪਹੁੰਚ ਸਕਿਆ ਤਾਂ ਮੈਂ ਜ਼ਰੂਰ ਤਿਆਰ ਕਰਨਾ ਚਾਹਾਂਗਾ ਜਿੱਥੇ ਪੜ੍ਹਾਈ ਅੰਤਰਰਾਸ਼ਟਰੀ ਪੱਧਰ ਦੀ ਹੋਵੇ ਤੇ ਸਸਤੀ ਹੋਵੇ, ਵੀ ਮੇਰੇ ਪਿਓ ਨੂੰ ਕਰਜ਼ ਲੈ ਕੇ ਮੈਨੂੰ ਪੜ੍ਹਾਉਣਾ ਨਾ ਪਵੇ ਕਿਉਂਕਿ ਮੈਨੂੰ ਦਿਖ ਰਿਹਾ
ਕਿ ਸਾਡੇ ਤੋਂ ਸੀਨੀਅਰ ਜੋ ਇੱਥੇ ਪੜ੍ਹ ਵੀ ਗਏ ਨੇ ਵਿਚਾਰੇ, ਕਰਜ਼ੇ ਤਾਂ ਕੀ ਲਾਣੇ ਆ, ਨੌਕਰੀਆਂ ਵੀ ਨਹੀਂ ਨੇ। ਸੋ ਇਹ ਜੇ ਸਾਡੀ 12ਵੀਂ ਜਮਾਤ ਦੇ ਬੱਚੇ ਇਸ ਪੱਧਰ ਦਾ ਜੇ ਕੋਈ ਸੋਚ ਰਿਹਾ, ਜੇ ਇੱਕ ਵੀ ਬੱਚਾ, ਤਾਂ ਮੇਰਾ ਖਿਆਲ ਬਹੁਤ ਕੁਛ ਸਾਨੂੰ ਇਹਦੇ ਵਿੱਚੋਂ ਸਮਝਣ ਨੂੰ ਮਿਲਦਾ ਜੇ, ਤੇ ਜੇ ਅਸੀਂ ਇੰਨੀ ਕੁ ਗੱਲ ਸਮਝ ਲਈਏ ਵੀ ਅਸਲ ਵਿੱਚ ਪੰਜਾਬ ਦੇ ਮੁੱਦਿਆਂ ਵਿੱਚ ਅਸੀਂ ਸਿਹਤ ਤੇ ਸਿੱਖਿਆ ਜਿਸ ਪੱਧਰ ਦਾ ਉਹਦਾ ਮਿਆਰ ਡਿੱਗਦਾ ਜਾਂਦਾ ਜੇ ਨਾ, ਗ੍ਰਾਫ ਡਰਾਉਣ ਕਰਨ ਲੱਗਿਆਂ ਵੀ ਦਿਲ ਕੰਬਦਾ ਜੇ ਕਿਸ ਤਰੀਕੇ ਡਾਊਨਫਾਲ ਹੈ। ਸੋ ਉਹਦੇ ਵਿੱਚ ਸਾਨੂੰ ਬਹੁਤ ਬਹੁਤ ਜ਼ਿਆਦਾ ਸੁਧਾਰ ਦੀ ਲੋੜ ਹੈ। ਤੇ ਸੁਖਵਿੰਦਰ ਜੀ, ਸਭ ਤੋਂ ਵੱਧ ਅਹਿਮ ਡਾਕਟਰੀ ਮੁੱਦੇ ਦੀ ਜਦੋਂ ਗੱਲ ਕਰੀਏ ਨਾ, ਉਹ ਪ੍ਰੀਵੈਂਟਿਵ ਥੈਰੇਪੀ ਹੁੰਦੀ ਜੇ ਦੁਨੀਆ ਭਰ ਚ, ਜੋ ਸਾਡੇ ਨਦਾਰਦ ਹੈ ਹੀ ਨਹੀਂ, ਐਗਜ਼ਿਸਟ ਹੀ ਨਹੀਂ ਕਰਦੀ। ਕੀ ਮਤਲਬ ਹੋਇਆ ਉਹਦਾ, ਮੈਂ ਦੱਸਣਾ ਚਾਹੁੰਦੀ ਹਾਂ, ਜਿੰਨੀਆਂ ਲਾਈਫ ਸਟਾਈਲ ਡਿਜ਼ੀਜ਼ ਵਿੱਚ ਪੰਜਾਬ ਜੂਝ ਰਿਹਾ ਹੈ, ਸਾਡੀਆਂ ਨੌਜਵਾਨ ਮੌਤਾਂ ਹੋ ਰਹੀਆਂ ਨੇ, ਕੋਈ 25 ਸਾਲ ਤੇ, 30 ਸਾਲ ਤੇ, 35 ਤੇ, 40 ਤੇ, ਬਹੁਤ ਨਿੱਕੇ ਨਿੱਕੇ ਨੁਕਤੇ ਨੇ ਕਿ ਤੁਸੀਂ ਜੀ ਆਪਣੀ ਸ਼ੂਗਰ ਤੋਂ ਕਿਵੇਂ ਬਚਾਉਣਾ ਜੇ, ਕੋਰਨਰੀ ਆਰਟਰੀ ਦਿਲ ਦੇ ਹਾਰਟ ਅਟੈਕ ਨੂੰ ਕਿਵੇਂ ਬਚਾਉਣਾ, ਬਲੱਡ ਪ੍ਰੈਸ਼ਰ ਤੋਂ ਕਿਵੇਂ ਬਚਣਾ, ਕੈਂਸਰ ਤੋਂ ਕਿਵੇਂ ਬਚਣਾ, ਡਰੱਗਸ ਦੇ ਵਿੱਚ ਫਸਣ ਤੋਂ ਕਿਵੇਂ ਬਚਣਾ। ਇੰਨੇ ਸੌਖੇ ਸੌਖੀਆਂ ਚੀਜ਼ਾਂ ਜੋ ਅਸੀਂ ਜਦੋਂ ਪੜ੍ਹਦੇ ਸਾਂ ਉਦੋਂ ਅਸੀਂ ਇਹਨੂੰ ਪ੍ਰਾਇਓਰਿਟੀ ਤੇ ਦਿੱਤਾ ਜਾਂਦਾ ਸੀ, ਜੋ ਗਾਇਬ ਹੋ ਚੁੱਕੀ ਹੈ, ਨਹੀਂ ਕਿ ਘੱਟ ਹੈ ਹੀ ਨਹੀਂ, ਤਾਂ ਅਸੀਂ ਸਿਰਫ ਤੇ ਸਿਰਫ ਕੇਂਦਰਿਤ ਆ, ਬਿਮਾਰ ਹੋਵੋ ਉਹਦੇ ਵਿੱਚੋਂ ਤੁਹਾਡਾ ਇਲਾਜ ਕਰੀਏ, ਫਿਰ ਜਿਹੜੀਆਂ ਦਵਾਈਆਂ ਖਰੀਦੀਆਂ ਜਾਣਗੀਆਂ ਉਹਦੇ ਚੋਂ ਅਸੀਂ ਕਮਿਸ਼ਨਾਂ ਖਾਈਏ, ਤੇ ਫਿਰ ਉਹ ਸਾਰਾ ਕੁਛ ਅਸੀਂ ਜੋ ਸਾਡੇ ਸਾਹਮਣੇ ਆ, ਉਹ ਤੁਹਾਡੇ ਚ ਕੁਛ ਵੀ ਲੁਕਿਆ ਨਹੀਂ ਕਿ ਕਿਸ ਪੱਧਰ ਤੇ ਕੌਣ ਖਰੀਦਦਾਰੀ ਕਰਦਾ ਜੇ, ਕਿਵੇਂ ਉਹ ਪਹੁੰਚਦੀ ਜੇ ਸਰਕਾਰੀ ਥਾਂ ਤੇ, ਕਿੰਨੇ ਫੀਸਦ ਉਸਦੇ ਵਧੀ ਹੋਏ ਰੇਟ ਲੱਗੇ ਹੁੰਦੇ ਨੇ, ਕਿੰਨੇ ਪਰਸੈਂਟੇਜ ਖਾਧੀ ਜਾਂਦੀ ਜੇ, ਕੁਛ ਵੀ ਇਹਦੇ ਚ ਮੈਰੇ ਦੱਸਣ ਦੀ ਲੋੜ ਨਹੀਂ, ਸਭ ਦੇ ਸਾਹਮਣੇ ਪਏ ਨੇ ਤੱਥ। ਪਰ ਇਹ ਬਹੁਤ ਸਾਰੇ ਨੇ, ਸ਼ਾਇਦ ਅਸੀਂ ਇੱਕ ਪ੍ਰੋਗਰਾਮ ਵਿੱਚ ਵੀ ਸਾਰਾ ਨਹੀਂ ਸਾਂਝਾ ਕਰ ਸਕਦੇ, ਪਰ ਇਹ ਮੁੱਦੇ, ਇਹ ਨੁਕਤੇ, ਕੋਈ ਇੱਕ ਵੀ ਸੂਝਵਾਨ ਜੇ ਇਸ ਪੱਖ ਵੱਲ ਧਿਆਨ ਦਏਗਾ ਜਾਂ ਸਵਾਲ ਸਾਡੇ ਪਿੰਡਾਂ ਵਿੱਚ ਇਹੋ ਜਿਹੇ ਪੁੱਛੇ ਜਾਣਗੇ, ਤਾਂ ਜ਼ਰੂਰ ਸੁਧਾਰ ਆ ਜਾਏਗਾ। ਮੇਰਾ ਆਖਰੀ ਸਵਾਲ ਇਹ ਹੈ ਕਿ ਤੁਸੀਂ ਤਮਾਮ ਸਿਆਸੀ ਧਿਰਾਂ ਦੇ ਵਿੱਚੋਂ ਕਿਸੇ ਦੇ ਵਿੱਚ ਕੋਈ ਬਦਲਾਅ ਦੀ ਨਵੀਂ ਉਮੀਦ ਦੇਖਦੇ ਹੋ, ਜਾਂ ਕੋਈ ਨਵਾਂ ਫਰੰਟ, ਕੋਈ ਜਾਂ ਫਿਰ ਕੋਈ ਨਵੀਂ, ਮਤਲਬ ਕਿ ਇਹੋ ਜਿਹੀ ਢਿਰ ਜਾਂ ਕੋਈ ਨਵੀਂ ਇਹੋ ਜਿਹੀ ਪਾਰਟੀ, ਕੋਈ ਖੇਤਰੀ ਮੁੱਦਿਆਂ ਨੂੰ ਉਭਾਰਦੀ, ਕੋਈ ਉਹਦੇ ਵਿੱਚੋਂ ਤੁਹਾਨੂੰ ਕੋਈ ਆਸ ਲੱਗਦੀ ਹੈ ਕਿ ਕੁਝ ਨਵਾਂ ਪੰਜਾਬ ਦੇ ਵਿੱਚ ਹੋਣਾ ਚਾਹੀਦਾ, ਜਾਂ ਇਹਨਾਂ ਸਿਆਸੀ ਧਿਰਾਂ ਜੋ ਰਵਾਇਤੀ ਚੱਲ ਰਹੀਆਂ ਨੇ ਵਿੱਚ ਆਮ ਆਦਮੀ ਪਾਰਟੀ? ਮੈਂ ਆਪਣੀ ਸੋਚ ਅਨੁਸਾਰ ਤਾਂ ਨਕਾਰਦੀ ਹਾਂ ਕਿ ਕੋਈ ਇੱਕ ਪਾਰਟੀ ਨੂੰ ਜੇ ਮੈਂ ਨੰਬਰ 1 ਰੱਖ ਸਕਾਂ। ਹਾਂ, ਬੰਦੇ ਜ਼ਰੂਰ ਵਿੱਚੋਂ ਵੱਖੋ ਵੱਖਰੀਆਂ ਪਾਰਟੀਆਂ 'ਚ ਹਨ ਜਿਹੜੇ, ਇਹ ਨਹੀਂ ਕਿ ਕਿਸੇ ਵੀ ਪਾਰਟੀ 'ਚ ਨਹੀਂ, ਸਾਰੀਆਂ ਹੀ ਪਾਰਟੀਆਂ ਵਿੱਚ ਬੰਦੇ ਕੁਛ ਜ਼ਰੂਰ ਨੇ ਚੋਣਵੇਂ, ਜਿਹੜੇ ਜਿਹਨਾਂ ਨੂੰ ਅੱਜ ਵੀ ਬਾਕਮਾਲ ਅਸੀਂ ਕਹਿ ਸਕਦੇ ਹਾਂ, ਉਹਨਾਂ ਦਾ ਪਿਛੋਕੜ ਦੇਖੀਏ ਜਾਂ ਉਹਨਾਂ ਦੇ ਕੰਮ ਵੇਖੀਏ, ਉਹਨਾਂ ਦੇ ਕੰਮ ਬੋਲਦੇ ਨੇ। ਸੋ ਹਰ ਪਾਰਟੀ 'ਚ ਇਹੋ ਜਿਹੇ ਬੰਦੇ ਨੇ, ਜਾਂ ਤਾਂ ਉਹ ਢੰਗ ਤਰੀਕਾ ਹੋਵੇ ਕਿ ਅਸੀਂ ਬੰਦਿਆਂ ਨੂੰ ਉਹਨਾਂ ਦੇ ਕੰਮ ਕਾਰ ਕਰਕੇ, ਉਹਨਾਂ ਨੂੰ, ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਅੱਗੇ ਲਿਆਈਏ, ਪਰ ਅਸਲ ਤਬਦੀਲੀ ਹੋਏਗੀ ਜਦੋਂ ਕੋਈ ਇੱਕ ਪਿੰਡ ਆਪਣਾ ਫੈਸਲਾ ਕਰ ਲਵੇ ਕਿ ਸਾਡਾ ਇਹ ਬੰਦਾ ਬਿਲਕੁਲ ਚੰਗਾ ਜੇ, ਜਿਹਨੂੰ ਇੱਕ ਰੁਪਈਆ ਵੀ ਲਾਉਣ ਦੀ ਲੋੜ ਨਹੀਂ, ਤੇ ਇਹਨੂੰ ਅਸੀਂ ਸਾਰੇ ਪਿੰਡ ਵਾਸੀ ਆਪ ਸਹਿਮਤੀ ਨਾਲ ਮੰਨਦੇ ਹਾਂ ਕਿ ਇਹਨੂੰ ਹੀ ਚੁਣਿਆ ਜਾਣਾ ਚਾਹੀਦਾ, ਤੁਸੀਂ ਘਰ ਬੈਠੋ, ਤੁਸੀਂ ਕੰਮ ਹੀ ਸਿਰਫ ਪੰਜਾਬ ਦੇ ਕਰਦੇ ਹੋ, ਤੁਹਾਨੂੰ ਮੁੱਦਿਆਂ ਦਾ ਪਤਾ, ਤੇ ਅਸੀਂ ਰਲ ਮਿਲ ਕੇ ਸਾਰੇ ਆਪੇ ਹੀ ਵੋਟ ਪਾ ਕੇ ਤੁਹਾਨੂੰ ਜਿਤਾਵਾਂਗੇ, ਕਿਸੇ ਨੂੰ ਵੀ ਨਿਕਲਣ ਦੀ ਲੋੜ ਨਹੀਂ। ਸੋ ਇਸ ਤਰੀਕੇ ਦੇ ਜੇ ਫੈਸਲੇ ਪਿੰਡਾਂ ਵਿੱਚ ਹੋਣ ਲੱਗ ਜਾਣ, ਤਾਂ ਅਸੀਂ ਵਾਕਈ ਸਹੀ ਬੰਦੇ ਅੱਗੇ ਲਿਆ ਸਕਾਂਗੇ। ਸਾਡੇ ਕੋਲ ਹਨ ਐਗਜ਼ਾਮਪਲ ਉਹ ਸਿਆਸਤਦਾਨ ਜਿਹੜੇ 2 ਕੱਪੜੇ ਲੈ ਕੇ ਗਏ ਤੇ 2 ਹੀ ਕੱਪੜੇ ਲੈ ਕੇ ਵਾਪਸ ਆਏ, ਤੇ ਨੰਗੇ ਧੜ ਪੰਜਾਬ ਲਈ ਜੰਗ ਵਿੱਢਦੇ ਰਹੇ, ਉਹਨਾਂ ਦੇ ਅੱਗੋਂ
ਪੁੱਤਰ ਧੀਆਂ ਜਾਂ ਅੱਜ ਵੀ ਨੇ ਇੱਥੇ ਪੰਜਾਬ ਦੇ ਵਿੱਚ, ਜੇ ਉਸ ਤਰ੍ਹਾਂ ਦੇ ਬੰਦੇ ਅਸੀਂ ਅਗਾਂਹ ਲਿਆ ਹੀ ਇਹ ਨਿਧੜਕ ਸਿਆਸਤਦਾਨ, ਤੇ ਮੈਂ ਅੱਜ ਵੀ ਸੱਚਮੁੱਚ ਸੁਖਵਿੰਦਰ ਜੀ ਲੋਚਦੀ ਹਾਂ ਜੇ ਕਾਸ਼ ਸਾਡੀਆਂ ਪੰਜਾਬ ਦੀਆਂ ਧੀਆਂ ਜੋ ਬਹੁਤ ਤਗੜਾ ਹੁਣ ਬੋਲਦੀਆਂ ਵੀ ਨੇ, ਸੋਚਦੀਆਂ ਵੀ ਨੇ, ਤੇ ਉਹ ਪੰਜਾਬ ਲਈ ਕਰ ਵੀ ਰਹੀਆਂ ਨੇ, ਜੇ ਉਹ ਵੀ ਕਿਤੇ ਅਗਾਂਹ ਆ ਜਾਣ। ਕਿਉਂਕਿ ਅਸੀਂ ਸਿਆਸਤ ਨੂੰ ਗੰਧਲਾ ਤਾਂ ਬਣਾ ਹੀ ਹੈ, ਪਰ ਮਹਿੰਗਾ ਇੰਨਾ ਕਰ ਦਿੱਤਾ ਕਿ ਜਿਵੇਂ ਪੜ੍ਹਾਈ ਆਮ ਬੰਦਾ ਨਹੀਂ ਕਰ ਸਕਦਾ, ਉਸੇ ਤਰ੍ਹਾਂ ਆਮ ਬੰਦਾ ਸੋਚ ਵੀ ਨਹੀਂ ਸਕਦਾ, ਇਹੀ ਸੋਚ ਕੇ ਜੇਬਾਂ ਫਰੋਲ ਕੇ ਪਿੱਛੇ ਬਹਿ ਜਾਂਦਾ, ਭਾਈ ਕਰੋੜਾ ਹੈ ਨਹੀਂ। ਸੋ ਉਹ ਜੇ ਕਿਤੇ ਅਸੀਂ ਤਬਦੀਲੀ ਇਸ ਪੱਖੋਂ ਲਿਆਈਏ ਤਾਂ ਯਕੀਨਨ ਪੰਜਾਬ ਚੰਗੇ ਦਿਸ਼ਾ ਵਿੱਚ ਲੰਘ ਸਕੇਗਾ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ।